जसी भी देख रहे तुसी, मैं केपी सिंह टू द पॉइंट में सब का स्वागत करता हूं। खेती कानूनों पर असं लगातार बहस कर रहे हैं, तो इस बहस के विचाले बहुत नुकते जो साढ़े को सामने आ रहे हैं, तो जिहड़े किसान संघर्ष के विचाले वख-वख प्रोग्राम तैयार किए जा रहे, तो उन्होंने प्रोग्रामों एक देशव्यापी अंदोलन का रूप देने की कोशिश की जा रही है, तो उस सब के विचाले उन्होंने आगुआ गलबात करनी जरूरी। आज साढ़े नाल VM सिंह मौजूद होणगे। VM सिंह कौन है ये तुसी भलीभांत जानते हो, कई कौमी चैनल से तुसी इन्हां नूं सुनते होंगे, पर VM सिंह का अज असी वो रूप देखना चाहते हैं जिहड़ा कि वाकई ही किसान दे नाल संबंधित नज़र आता पिया होवे, ते देश दे विच जिहड़ी किसानी लहर की गल की जा रही है उस लहर की वो किस तरीके नाल चर्चा करते, किस तरीके जवाब देते हैं, उन्होंने तुसी इक्को सवाल पूछांगे। वड्डा सवाल, किसान संघर्ष विच किन्ना दम, सीधा VM सिंह हरा को चलते हैं। VM सिंह हरा बारे मैं इन्ना क दस दिना कि राष्ट्रीय किसान मजदूर संगठन के वो कौमी प्रधान ने, आल इंडिया किसान संघर्ष कमेटी जी कोऑर्डिनेशन कमेटी बनी है उनके कन्वीनर ने, सबका विधायक ने, तो यूपी की सियासत दे विच इन्हां दा चंगा नाम हैगा। तो किसान जो गन्ना काश्तकार जो परेशान हुंदा है, तो जो उन्होंने MSP नहीं मिलती किसानों उदो ये मुद्दे चकते रहे, तो हुण जिहड़ी देशव्यापी अंदोलन का आगाज़ किया जा रहा उसके विचाले ये जिहड़ी 5 मैंबरी कमेटी बनी है उस विच भी ये शामिल ने। VM सिंह जी सर बहुत स्वागत है सर तुहाडा। सत श्रीकाल जी। VM सिंह जी पहला सवाल सर यही करना चाहूँगा कि जिस तरीके नाल तुसी इस किसान संघर्ष की रणनीति उलीक रहे हो, दिल्ली दे विच तुहाडी बैठक तक हो चुकी है, सवाल यह है सर दिल्ली दे विच तुहानू ये केंद्र सरकार जां होर सरकारां जिथे जिथे जिहड़े सूबियां चों किसानां ने आउणा है उत्थे पहुँचण दे देणगीआं सर? देखो पहली चीज़ यह हैगी है कि केंद्र सरकार ਲੋਕਾਂ ਨੂੰ ਗਲਤ ਫਹਿਮੀ ਪਾ ਰਹੀ ਸੀ ਉਹਨਾਂ ਵਿੱਚ ਕਿ ਬਈ ਇਹ ਜਿਹੜਾ ਅੰਦੋਲਨ ਹੈ ਪੰਜਾਬ ਦਾ ਹੈਗਾ ਤੇ ਹੱਦ ਤੋਂ ਹਰਿਆਣੇ ਦਾ ਹੈਗਾ। ਇਹ ਜਦ ਸਾਰੇ ਦੇ ਸਾਰੇ ਜਥੇਬੰਦੀਆਂ ਇਕੱਠੀ ਹੋਈਆਂ ਨੇ ਪਰਸੋਂ ਦਿੱਲੀ ਅੰਦਰ, ਤੇ ਇੱਕ ਘੱਟੋ ਘੱਟ ਅੰਦਾਜ਼ ਹੋ ਗਿਆ ਸਭ ਨੂੰ ਕਿ ਕਰਨਾਟਕਾ ਹੋਏ, ਕੇਰਲਾ ਹੋਏ, ਤਾਮਿਲਨਾਡੂ ਹੋਏ, ਮਹਾਰਾਸ਼ਟਰ ਹੋਏ, UP ਹੋਵੇ, ਰਾਜਸਥਾਨ ਹੋਵੇ, ਹਰ ਕਿਧਰ ਦੀਆਂ ਜਥੇਬੰਦੀਆਂ ਇੱਥੇ ਆਈਆਂ ਸੀਗੀਆਂ ਤੇ ਇੱਕ ਮੁੱਠੀਬੰਦ ਹੋ ਗਈਆਂ ਨੇ, ਤੇ ਅੰਦੋਲਨ ਪੂਰੇ ਦੇਸ਼ ਦਾ ਹੈਗਾ। MSP ਦੀ ਗੱਲ ਪੂਰੇ ਦੇਸ਼ ਦੀ ਹੈਗੀ ਹੈ। ਇਹ ਜਿਹੜੇ 3 ਵਿਧਾਇਕ ਨੇ, ਇਹ ਜੇ 3 ਜਿਹੜੇ ਕਾਨੂੰਨ ਬਣੇ ਨੇ, ਪਹਿਲੇ ਵਿਧਾਇਕ ਸੀਗੇ, ਹੁਣ ਇਹਨਾਂ ਨੂੰ ਜਿਹੜਾ ਖਤਮ ਕਰਨ ਦੀ ਗੱਲ ਹੈਗੀ ਹੈ ਪੂਰੇ ਦੇਸ਼ ਦੀ ਹੈ। ਅੱਜ ਜਿਹੜਾ 4th ਕਾਨੂੰਨ ਲੈ ਕੇ ਆ ਰਹੇ ਨੇ ਪਾਵਰ ਵਾਲਾ, ਉਹ ਪੂਰੇ ਦੇਸ਼ ਦਾ ਹੈਗਾ। ਇਸ ਕਰਕੇ ਮੋਦੀ ਸਰਕਾਰ ਦੀ ਨੀਂਦ ਖੋਲਣ ਲਈ ਆਇਆ ਦੱਸਣ ਲਈ ਕਿ ਤੁਸੀਂ ਇਹ ਨਾ ਕਹੋ ਇਹ ਪੰਜਾਬ ਦਾ ਅੰਦੋਲਨ ਹੈਗਾ, ਹਰਿਆਣੇ ਦਾ ਅੰਦੋਲਨ ਹੈਗਾ, UP ਉਨਾ ਹੀ ਤਕੜਾ ਹੈਗਾ, ਉੱਤਰਾਖੰਡ ਉਨਾ ਹੀ ਤਕੜਾ ਹੈਗਾ, ਰਾਜਸਥਾਨ ਉਨਾ ਹੀ ਤਕੜਾ ਹੈ, ਮੱਧ ਪ੍ਰਦੇਸ਼ ਤਕੜਾ ਹੈਗਾ। ਦੱਸਣ ਨਹੀਂ ਕਿ ਇਹ ਸਭ ਨਾਲ ਸਭ ਮਿਲੇ ਹੋਏ ਨੇ ਨਾਲ, ਤੁਹਾਨੂੰ ਭੁਲੇਖਾ ਹੈਗਾ, ਆਪਣੀ ਨੀਂਦ ਖੋਲ ਲਵੋ। VM ਸਿੰਘ ਜੀ ਮੈਂ ਸਵਾਲ ਤੁਹਾਨੂੰ ਇਹ ਕੀਤਾ ਸੀਗਾ, ਦਿੱਲੀ ਤੁਹਾਨੂੰ ਐਂਟਰੀ ਕਰਨ ਦੇ ਦੇਣਗੇ ਸਰ? ਜਿਸ ਤਰੀਕੇ ਨਾਲ ਆਵਾਜਾਈ ਦੇ ਸਾਧਨ ਪੂਰੀ ਤਰ੍ਹਾਂ ਨਹੀਂ ਹੈਗੇਗੇ, ਤੁਹਾਨੂੰ ਪਤਾ ਇਹ COVID-19 ਦਾ ਦੌਰ ਚੱਲਦਾ ਪਿਆ, ਉਸ ਦੇ ਵਿਚਾਲੇ ਜਿਹੜਾ ਇੱਥੋਂ ਕਿਸਾਨ ਜਦੋਂ ਜਾ ਰਹੇ ਸੀਗੇ ਜਾਂ ਇੱਥੋਂ ਸਿਆਸਤਦਾਨ ਗਏ ਆ, ਉਹਨਾਂ ਨੂੰ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ ਗਿਆ ਸਰ। ਉੱਤਰ ਭਾਰਤ ਵਾਲੇ ਕਿਸਾਨ ਜਿਵੇਂ ਕਿਵੇਂ ਉੱਥੇ ਸ਼ਾਇਦ ਪਹੁੰਚ ਜਾਣਗੇ, ਪਰ ਬਾਕੀ ਭਾਰਤ ਦੇ ਵਿੱਚੋਂ ਕਿਸਾਨ ਸਰ ਦਿੱਲੀ ਕੂਚ ਕਿਵੇਂ ਕਰਨਗੇ? ਮੇਰਾ ਸਵਾਲ ਇਹ ਹੈ VM ਸਿੰਘ। ਦੇਖੋ ਤੁਹਾਨੂੰ ਜਿਸ ਸਮੇਂ ਕਿਹਾ ਕਿ ਸਰਕਾਰ ਜਾਗ ਜਾਵੇ, ਮਤਲਬ ਕੀ ਹੈ ਕਿ ਸਰਕਾਰ ਪਹਿਲੇ ਹੀ ਜਿਹੜਾ ਹੈਗਾ ਸਾਡੀ ਗੱਲ ਮੰਨ ਲਵੇ, ਇੱਥੇ ਆਉਣ ਦੀ ਲੋੜ ਹੀ ਨਾ ਪਵੇ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ। ਪਰ ਜਦ ਲੋੜ ਪਏਗੀ, ਜਦ ਆਦਮੀ 26-27 ਨੂੰ ਆਏਗਾ, ਉਸ ਵੇਲੇ ਦੇਖਾਂਗੇ ਕਿ ਸਰਕਾਰ ਕੀ ਕਰਦੀ, ਅਸੀਂ ਕੀ ਕਰਨੇ ਆ। ਅੱਜ ਤੁਹਾਨੂੰ ਦੱਸ ਦਈਏ ਕਿ ਅੱਗੇ ਸਟ੍ਰੈਟੇਜੀ ਕੀ ਹੋਏਗੀ, ਕਿੱਥੋਂ ਆਵਾਂਗੇ, ਕਿਸ ਤਰ੍ਹਾਂ ਆਵਾਂਗੇ, ਕਿੱਥਾਂ ਬੈਠਾਂਗੇ, ਤੇ ਉਹਦਾ ਕੀ ਹੋਏਗਾ ਕਿ ਸਰਕਾਰ ਜਿਹੜੀ ਪਹਿਲੇ ਚੁਕੰਨੀ ਹੋ ਜਾਏਗੀ। ਅੱਜ ਇਸ ਲਈ ਮੈਂ ਕਿਹਾ ਕਿ ਅਸੀਂ ਕੇਵਲ ਚਾਹੁੰਦੇ ਹਾਂ ਅੱਜ ਦੀ ਤਰੀਕ ਦੇ ਅੰਦਰ ਕਿ ਸਰਕਾਰ ਨੂੰ ਦੱਸਣਾ ਕਿ ਅੰਦੋਲਨ ਪੂਰੇ ਦੇਸ਼ ਦਾ ਹੈਗਾ। ਇਹ ਠੀਕ ਹੈ, ਇਹਨਾਂ ਨੇ ਰੇਲ ਵੀ ਨਹੀਂ ਖੋਲਣੀ ਹੈਗੀ ਹੈ 26-27 ਤੋਂ ਪਹਿਲੇ, ਹੁਣ ਕਰੋਨਾ ਨੂੰ ਹੋਰ ਅੱਗੇ ਵਧਾਈ ਜਾਣਾ ਹੈ, ਕਰੋਨਾ ਹੋਏ ਨਹੀਂ ਹੋਏ ਅੱਗੇ ਵਧਾਈ ਜਾਣਾ ਹੈਗਾ। ਇਹ ਠੀਕ ਹੈ, ਕਾਨੂੰਨ ਲੈ ਕੇ ਆਉਣ ਲਈ ਕਰੋਨਾ ਨਹੀਂ ਹੈਗਾ, ਜਿਉਂ ਵੱਢਣ ਲਈ ਕਰੋਨਾ ਨਹੀਂ ਹੈਗਾ, ਗੰਦਾ ਸੱਟਣ ਲਈ ਕਰੋਨਾ ਨਹੀਂ ਹੈਗਾ, ਪਰ ਰੇਟ ਮੰਗੋਗੇ ਕਰੋਨਾ ਹੈਗਾ। ਉਸ ਤਰ੍ਹਾਂ ਹੀ ਜਦ ਤੁਸੀਂ ਇੱਥੇ ਦਿੱਲੀ ਆਓਗੇ ਤਦ ਕਰੋਨਾ ਹੈਗਾ। ਇਹਦਾ ਅਸੀਂ ਇਲਾਜ ਜੋ ਕਰਨਾ ਹੈਗਾ, ਬੈਠਕ ਬਣਾ ਕੇ ਕੋਆਰਡੀਨੇਸ਼ਨ ਕਮੇਟੀ ਦਾ ਮਤਲਬ ਇਹ ਹੈਗਾ, ਜਿਹੜੀ 5 ਦਿਨ ਦੀ ਕੋਆਰਡੀਨੇਸ਼ਨ ਕਮੇਟੀ ਬਣਾਈਏ, ਬੈਠ ਕੇ ਸੋਰਟ ਆਊਟ ਕਰਾਂਗੇ। ਜੇ 300-400 ਸੰਗਠਨਾਂ ਵਿੱਚ ਗੱਲ ਕਰੀ ਅਸੀਂ, ਤੇ ਫਿਰ ਇਹ ਗੱਲ ਲੀਕ ਆਊਟ ਹੋ ਜਾਏਗੀ, ਅਸੀਂ ਕਰਕੇ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈਗਾ, ਕਿਉਂਕਿ ਅੱਜ ਸੰਘਰਸ਼ ਪੂਰੇ ਦੇਸ਼ ਦਾ ਹੈਗਾ। ਕਿਸਾਨ ਦਾ ਬੇੜਾ ਗਰਕ ਹੋ ਗਿਆ ਹੈਗਾ, ਕਿਸਾਨ ਦੇ ਬੱਚੇ ਖੇਤੀ ਨਹੀਂ ਕਰਦੇ ਹੈਗੇ,
अज यह है कि जे असी इनू अगे नहीं वधाया कामयाबी नहीं पाई तो फिर किसान खेती बिल्कुल छड़ जाएगा। इस करके इनू बड़े प्यार नाल हिसाब नाल गल करके किस तरह करना किस तरह स्ट्रैटेजी बनानी हैगी है जो करना करके अगे चलांगे ते जे सरकार नहीं आन देगी तब देखांगे जे आ गए तो फिर देखांगे। वीएम सिंह जी सर जदों दा तुसी ये इस संघर्ष नू अगे वधा रहे हो उदों सर तुहानूं दसना पै रहा कि देश दा अंदोलन है सर ये दसना क्यों पै रहा मेरा सवाल यह है वीएम सिंह जी। ये दसना इसलिए पै रहा है कि मोदी सरकार जिहड़ी है ना वो देश विदेश के अंदर जिहड़ा है गलत फहमी पा रही है कि यह तो कांग्रेस का अंदोलन है ये कांग्रेस पिछे लगी हुई है क्यों क्योंकि पंजाब अंदर कांग्रेस पार्टी हैगी है इसलिए दसना पै रहा उन्होंने कहने लिए कि मोदी जी किसी होवे या कांग्रेस होवे जो गन्ना किसान होवे झोने की गल होवे असी कोर्ट जाने दोनों तीसरी तरह पार्टियां मिल जाते हो सानू हराने लिए मिल मालकां नाल मिल जाते हो फिर भी असं जित के आने क्यों क्योंकि इन्ने असं माड़े नहीं है अज अज सियाने हो चुके हैं इसलिए दसना पैंदा है कि मोदी जी अज तुसीं ये ना कहो कांग्रेस का है जो कांग्रेस इन्नी अकलमंद होंगी तो अब सत्ता में होंगी अज तुहाडी मार्केटिंग तुहाडी पैकेजिंग सब तो वधिया हैगी है तुसीं तां किसी चीज़ को वेच दो तुसीं अज हाले वैक्सीन हिंदुस्तान आया नहीं है तुसीं पहले बिहार वेच दिता है तो तुसीं ये ना कहो कि कोई होर पार्टी कर रही है इसलिए बार बार कहना पैंदा है ये देश का अंदोलन है लोग आके दिखा गए ये साडा है 25 सितंबर को जब पूरे देश के अंदर भारत बंद किया 50,000 जगह घट तो घट जिहड़ा है ये बंद होया सीगा पूरे देश के अंदर पर मोदी सरकार फिर भी कहती नहीं नहीं ये तो पंजाब का है हुण थोड़े अगे वध के कहिंदे ने हरियाणा का है उत्तर प्रदेश देखो ना पश्चिम उत्तर प्रदेश के अंदर पंजाब तो हरियाणा ज्यादा तकड़ा है पर कहिंदे नहीं है क्यों जे कहिणगे पूरे देश का है फिर एक्ट करना पेगा फिर काम थोड़ा काम करना पेगा फिर इनू जिहड़ा पिछे उन्होंने जाना पेगा जाना चाहते क्यों कॉपोरेट सैक्टर उन्होंने जेब में है कॉपोरेट सैक्टर नाल ये है ने यह चाहते ने उन्होंने फायदा पहुँचाना इस करके किसान नू बर्बाद करके किसान नू बदनाम करके अगे जाना चाहते हैं। वीएम सिंह जी तुसी खुद ही कांग्रेस का जिक्र किया जिहड़ा तुसी होर संदर्भ दे विच कीता कि उस नू कह रहे हैं तुहाडे विरोधी कि कांग्रेस दे पिछे हैगी है तुसी कांग्रेस का जिक्र करते हैं तो तुसी खुद उस पार्टी नाल संबंधित हो वीएम सिंह जी जदों तुहाडा चेहरा अगे आउंदा प्रैस कॉन्फ्रेंस दे विच ਤਾਂ ਤੁਹਾਡੇ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰਤਾ ਕਿ ਕਾਂਗਰਸ ਨੇ ਇਹ ਅੰਦੋਲਨ ਹਾਈਜੈਕ ਕਰ ਲਿਆ ਵੀਰਮ ਸਿੰਘ ਜੀ ਉਸ ਦਾ ਜਵਾਬ ਕੀ ਦੋਗੇ ਸਰ ਪਹਿਲੀ ਗੱਲ ਜਦ ਕਾਂਗਰਸ ਪਾਰਟੀ ਸੀਗੀ ਸੱਤਾ ਦੇ ਅੰਦਰ ਦਿੱਲੀ ਅੰਦਰ ਇਹਨਾਂ ਨੇ ਇੱਕ ਐਫੀਡੇਵਿਟ ਦਿੱਤਾ ਸੀਗਾ ਗੰਨਾ ਕਿਸਾਨਾਂ ਦੇ ਖਿਲਾਫ ਕੋਰਟ ਦੇ ਅੰਦਰ 2010-11 ਦੇ ਅੰਦਰ ਮੈਂ ਉਸੇ ਵੇਲੇ ਕਾਂਗਰਸ ਪਾਰਟੀ ਨੂੰ ਛੱਡ ਕੇ ਬਾਹਰ ਹੋ ਗਿਆ ਸੀਗਾ ਬਿਲਕੁਲ ਠੀਕ ਹੈ ਕੌਣ ਕਹਿੰਦਾ ਮੈਂ ਕਾਂਗਰਸ ਹੋਵਾਂਗਾ ਅੱਜ ਦੀ ਤਰੀਕ ਅੰਦਰ ਨਾ ਕਾਂਗਰਸ ਨਾ ਬੀਜੇਪੀ ਨਾ ਸਪਾ ਨਾ ਬਸਪਾ केवल किसानों की लड़ाई हो रही है। अखिल भारतीय किसान संघर्ष समन्वय समिति 2017 अंदर जब मंदसौर के अंदर होया सी कतलेआम होया सी 6 मुंडियां नूं मार दित्ता सीगा जदों कर्जा मुक्ति पूरा दाम की गल करते सीगे उस वेले भी असी कांग्रेस का भी विरोध किया सीगा असी बीजेपी का विरोध किया सीगा ते जिहड़े आदमी कहना चाहन कि वीएम सिंह कांग्रेस का हैगा कांग्रेस तो वीएम सिंह के खिलाफ बहुत कुछ कर दी है अज मध्य प्रदेश देखो ना की किया कांग्रेस सरकार कमलनाथ सरकार ने मेरे खिलाफ पर छोड़ो इन चीजों अज वीएम सिंह की गल नहीं अब किसानों की गल हैगी है तो जिहड़ा आदमी कहे कांग्रेस जे कांग्रेस की औकात होंगी या बीजेपी पावर होंगी अज 2014 में वीएम सिंह तो संगठन ने राष्ट्रीय किसान मजदूर संगठन ने साडा कल्ला संगठन सीगा जिन्होंने मोदी ने मदद की सी उस वेले जनरल वीके सिंह साडे नाल सीगा उस वेले ये दो टिकटां मैनू दे सी मंत्री बना रहे सीगे मैं मना करता जे कांग्रेस में होंदा मैं ना जनरल मेरे नाल होंदा ना एक टिकटा देंदे मैनू जिहड़े मैं वापस कर दित्ती सीगी अज ये जिहड़ा है ना बेवकूफ बनाउण दा बदनाम करन दा सिलसिला हैगा हुण किसान बदनाम नहीं हुंदा असीं तां कांग्रेस दे खिलाफ ही लड़ाई लड़ी है भाजपा दे खिलाफ ही लड़ी है यूपी अंदर सपा बसपा दे खिलाफ ही लड़ी है अज किसान खड़ा हो गया इस करके लोगों नूं डर लग रहा हैगा जे सीधी गल क्यों नहीं करते बिलां दी गल क्यों नहीं करते 6 मंत्री सामने आ रहे हो ना राजनाथ सिंह जी वगैरह आ जाओ सामने असीं 6 लोग बैठ जाइए आमने सामने गल कर लो तुहाडा चैनल होए सारे चैनल होए देखो गलत कौन हैगा
ठीक है सर, मैं वीएम सिंह जी जिहड़ा तुसीं कह रहे हो ना, वीएम सिंह दा जिक्र करना नहीं बनता है, किसान संघर्ष की गल करनी बनती है, खेती अंदोलन की गल करनी पैंदी है, पर सर जिहड़े विरोधी सवाल उठाउंदे आ सानूं उन्हां सवालों भी लैना पैना। ब्रेक लऊंगा, ब्रेक तो वापस आके फिर पूछूंगा कि सियासी कनैक्शन वाले सवाल खड़े करके इस अंदोलन भड़काउण की कोशिश तो नहीं की जा रही। किसान आगू किसान लीडर साढ़े सामने बैठे है, इन्हां तों सारे सवाल होणगे, क्योंकि सब कुछ साफ होना चाहिए जनता की कचहरी दे विच कि किस पिछे सियासत है ते किसान कित्थे खड़ा। ब्रेक तो वापस आ रहे वीएम सिंह जी, सर उसे मैं सियासी कनैक्शन के तहत ही अगला सवाल कर जा रहा वीएम सिंह जी, थोड़े तो यह भी कहा जा रहा है अंदरों एक आवाज़ उठती पी है कि केंद्रीय मंत्री भाजपा जेडे लीडर है मेनका गांधी जी थोड़े रिश्तेदार है, इस करके सियासत है इस अंदोलन आपदे गलबे लैके खराब करने की कोशिश में लगी। वीएम सिंह का की जवाब दोगे? इस तरह है जो मैनू जानते ने मेनका गांधी तो मैं आज 30 साल तो आमने सामने नहीं हुए, ठीक है, रिश्तेदारी अलग रही। दो दिन बाद अपनी टीम भेज देना सीबीआई ऑफिस, 25 साल तो मेनका गांधी के खिलाफ सीबीआई के अंदर जो मैं केस लड़ रहा भाजपा उन्होंने बचा रही है, आज सीबीआई कोर्ट ने कहता नहीं उन्होंने खिलाफ कार्रवाई की जाए, अगे कोई वड्डी हैरानी नहीं कि उसे गिरफ्तार कर लिया जाए। आज तुम मैं मेनका की गल कर रहे हो, अब तो बीजेपी वाले मेनका की मदद करके वो जो मध्य प्रदेश की गल की कमलनाथ दोनों मिले हुए ने, अज मेनका का जोड़ा है सुप्रीम कोर्ट तो हार चुके ने सारा का सारा, 30 साल हो गए एक दूजे को मिले हुए भी, तो जो 30 साल के बाद भी कोई पार्टी कहती है तो वही पार्टी कहती है जी 2014 मैं टिकट देती सी मंत्री बनाती सी, वही कांग्रेस कहती है जी राज्यसभा देती सी, वही समाजवादी कहती है जी राज्यसभा देती सी, मेरा की है किसानों के करके सब मैं छड़ता। आज जेड़ा है उत्तर प्रदेश का किसान, बल्कि मैं कहां पंजाब का किसान, हरियाणा का किसान, पूरे देश का किसान जेड़ा गन्ने का रेट ले रहा है ना, वो वीएम सिंह का जेड़ा केस सीगा मैं जितया हैगा ओदे मुताबिक हैगा, वरना तुहानू दिल्ली का रेट मिलना सीगा ईख का। तुसी साल 2000 साल 2000 दी गल कर रहे हो जेड़ी तुहाडी रेट कंडीशन सी 5112 ਉਹਦਾ ਉਹਦਾ ਜ਼ਿਕਰ ਕਰ ਰਹੇ ਹੋ ਤੁਸੀਂ? मैं गल कर रहा 1 फरवरी 1999 का जेड़ा मेरा आदेश थेगा वीएम सिंह वर्सेस स्टेट ऑफ यूपी रिट पिटीशन V86 of 1997 ਉਹਨੂੰ ਜਿਹੜਾ ਪੰਜ ਜੱਜਸ ਨੇ ਅਪਹੋਲਡ ਕੀਤਾ ਸੀਗਾ 4/4/2005 ਨੂੰ, ਉਹਦੇ ਬਾਅਦ ਇਹ ਚੱਲੇ ਗਏ ਕਿ ਨਹੀਂ ਹੋਰ ਦੇਣਾ ਹੈਗਾ 7 ਜੱਜ ਨੂੰ ਚੱਲ ਜਾਏ, ਤੇ ਹੁਣ 4/4/2020 ਨੂੰ ਉਹਨੇ ਸੁਪਰੀਮ ਕੋਰਟ ਨੇ ਕਿਹਾ 7 ਜੱਜ ਨੂੰ ਨਹੀਂ ਜਾਏਗਾ, ਇਹ ਰਾਜ ਸਰਕਾਰ ਦਾ ਜਿਹੜਾ ਹੈਗਾ ਰੇਟ ਉਹ ਮਨਜ਼ੂਰ ਰਹੇਗਾ। ਜੇ ਦਿੱਲੀ ਸਰਕਾਰ ਦਾ ਹੁੰਦਾ 1-1 ਕਿੱਲੇ ਦੇ ਉੱਤੇ ਕਿਸਾਨ ਨੂੰ ਘੱਟ ਤੋਂ ਘੱਟ 3-3, 4-4 ਲੱਖ ਰੁਪਇਆ 1-1 ਕਿੱਲੇ ਦਾ ਵਾਪਸ ਕਰਨਾ ਪੈਂਦਾ, ਪਰ ਇਹ ਲੜਾਈਆਂ ਇਹ ਸਰਕਾਰਾਂ ਨਾਲ ਹੋਈਆਂ ਨੇ, ਇਹਦੇ ਅੰਦਰ ਜੇਲ੍ਹ ਵੀ ਗਏ ਆ, ਸਭ ਕੁਛ ਹੋਇਆ ਹੈਗਾ, ਤੇ ਜੇ ਥੋੜਾ ਵੀ ਲਿਹਾਜ਼ ਹੁੰਦਾ ਨਾ ਕੋਈ ਰਿਸ਼ਤੇਦਾਰੀ ਦਾ ਤੇ ਗੱਲ ਹੀ ਅਲੱਗ ਹੁੰਦੀ। ਚਲੋ ਇਹ ਰਿਸ਼ਤੇਦਾਰੀ ਵਾਲਾ ਸਵਾਲ ਆ ਗਿਆ ਤੇ ਮੈਨੂੰ ਅਗਲਾ ਸਵਾਲ ਵੀ ਲੈਣਾ ਪੈਣਾ। ਇੱਕ ਆਡੀਓ ਵਾਇਰਲ ਹੋ ਰਹੀ ਆ ਉੱਥੇ, ਸ਼ਾਇਦ ਤੁਸੀਂ ਵੀ ਸੁਣੀ ਹੋਊਗੀ, ਉਹ ਕੀ ਮਾਮਲਾ ਹੈ? ਉਹ ਸਹੀ ਆਡੀਓ ਕੀ ਹੈ ਜੀ? ਉਹ ਵੀਐਮ ਸਿੰਘ ਜੀ ਵਰੁਣ ਗਾਂਧੀ ਦੀ ਹੈ, ਉਹ ਕਹਿ ਰਹੇ ਆ, ਮੈਨੂੰ ਕਨਫਰਮ ਨਹੀਂ ਹੈਗਾ, ਤੁਸੀਂ ਦੱਸ ਦਿਓ ਸਰ ਕੀ ਹੈਗਾ ਉਹ। ਜੇ ਮੈਨੂੰ ਪਤਾ ਹੁੰਦਾ ਕਿ ਇਹ ਸਵਾਲ ਹੋਣਾ ਤਾਂ ਮੈਂ ਪ੍ਰੋਗਰਾਮ ਤੇ ਨਹੀਂ ਆਉਂਦਾ, ਪਰ ਤੁਸੀਂ ਪੁੱਛ ਲਿਆ ਤਾਂ ਮੈਂ ਦੱਸ ਵੀ ਦਿੰਦਾ ਹਾਂ, ਕਿਉਂਕਿ ਬਾਕੀ ਸਭ ਨੂੰ ਮੈਂ ਮਨਾ ਕਰਤਾ ਸੀਗਾ, ਘਰ ਦਾ ਬੱਚਾ ਹੈਗਾ, ਉਹਨੇ ਸ਼ਾਇਦ ਗਲਤ ਚੀਜ਼ਾਂ ਕਹੀਆਂ, ਤੇ ਤੁਹਾਨੂੰ ਪਤਾ ਪੂਰੇ ਯੂਪੀ ਅੰਦਰ ਪੁਤਲੇ ਉਹਦੇ ਫੁੱਕੇ, ਲੋਕਾਂ ਨੇ ਕੀ ਕੀਤਾ ਹੈਗਾ, ਮੈਨੂੰ ਖਰਾਬ ਲੱਗਦਾ ਹੈਗਾ ਬੱਚੇ ਦੇ ਉੱਤੇ ਲੋਕਾਂ ਨੇ ਪਤਾ ਨਹੀਂ ਕਿਸਦਾ ਕਿੱਦਾਂ ਸੋਸ਼ਲ ਮੀਡੀਆ ਜੀ 2009 ਵਿੱਚ ਉਹਨਾਂ ਨੇ ਕਿਹਾ ਸੀਗਾ, ਵਰੁਣ ਨੇ ਕਿਹਾ ਸੀਗਾ, ਉਹਦਾ ਨਾਂ ਤਾਂ ਫਿਰੋਜ਼ ਹੈਗਾ ਨਾ, ਵਰੁਣ ਤਾਂ ਨਹੀਂ ਹੈਗਾ ਨਾ, ਫਿਰੋਜ਼ ਵਰੁਣ ਗਾਂਧੀ ਪਾਸਪੋਰਟ ਦਾ ਨਾਂ ਹੈਗਾ, ਫਿਰੋਜ਼ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਹੈਗਾ ਮੁਸਲਮਾਨਾਂ ਦੇ ਹੱਥ ਕੱਟ ਦਾਂਗਾ ਜੋ ਹਿੰਦੂਆਂ ਦੇ ਖਿਲਾਫ਼ ਗੱਲ ਕਰੇਗਾ, ਜੋ ਵੀ ਕਿਹਾ ਸੀਗਾ, ਮੈਂ ਸੁਪਰੀਮ ਕੋਰਟ ਲੈ ਗਿਆ ਸੀਗਾ, ਸੁਪਰੀਮ ਕੋਰਟ ਦੇ ਅੰਦਰ ਉਹਨੇ ਹਲਫ਼ਨਾਮਾ ਦਿੱਤਾ, ਮੈਂ ਨਹੀਂ ਕਿਹਾ, ਜਿਸ ਦੇ ਉੱਤੇ ਪੂਰਾ ਚੁਣਾਵ ਜਿੱਤਿਆ, ਤੁਸੀਂ ਯਾਦ ਹੈ ਤੁਹਾਨੂੰ, ਜੋ ਹੱਥ ਹਿੰਦੂਆਂ ਪੇ ਉੱਠੇਗਾ ਸਾਥ ਕੋ ਵਰੁਣ ਗਾਂਧੀ ਕਾਟ ਦੇਗਾ, ਉਹਨੇ ਹਲਫ਼ਨਾਮਾ ਦਿੱਤਾ ਕਿ ਮੈਂ ਨਹੀਂ ਕਿਹਾ, ਨਹੀਂ ਤਾਂ ਸਭ ਕੁਛ ਖਤਮ ਹੋ ਜਾਂਦਾ ਉਹਦਾ, ਪਰ ਇਹ ਆਦਮੀ ਕਹਿ ਕੇ ਤੇ ਫਿਰ ਪਿੱਛੇ ਹਟ ਜਾਏ ਤਾਂ ਮੈਂ ਕੀ ਕਹਿ ਸਕਦਾ। ਚਲੋ ਮੈਂ ਵਰੁਣ ਗਾਂਧੀ ਦਾ ਸਵਾਲ ਨਹੀਂ ਲਊਂਗਾ ਅਗਲਾ, ਕਿਉਂਕਿ ਜੇ ਇਹ ਸਵਾਲ ਤੁਹਾਨੂੰ ਸ਼ਾਇਦ ਪਸੰਦ ਨਹੀਂ ਹੈਗਾ ਕਿ ਆਪਾਂ ਵਰੁਣ ਗਾਂਧੀ ਜਾਂ ਮੇਨਕਾ ਗਾਂਧੀ ਦਾ ਸਵਾਲ ਕਰੀਏ। ਵੀਐਮ ਸਿੰਘ ਜੀ, ਤੁਹਾਡੀ ਜਿਹੜਾ ਪਿਛੋਕੜ ਆ ਉਹ ਸਿਆਸਤ ਨਾਲ ਜੁੜਿਆ ਹੋਇਆ, ਜਿਹੜੇ ਤੁਹਾਡੇ ਬਾਕੀ ਮੈਂਬਰ ਹੈਗੇ ਉਹਨਾਂ ਵਿੱਚੋਂ ਰਾਜੂ ਛੇਟੀ ਜਿਹੜੇ ਸਾਬਕਾ MP ਨੇ, ਉਹ ਉਹਨਾਂ ਦੀ ਤਬੀਅਤ ਖਰਾਬ ਹੈਗੀ, ਉਹਨਾਂ ਦਾ ਪਿਛੋਕੜ ਵੀ ਸਿਆਸਤ ਨਾਲ ਜੁੜਿਆ ਹੋਇਆ, NDA ਦੇ ਸਾਥੀ ਵੀ ਰਹੇ ਆ। ਯੋਗਿੰਦਰ ਯਾਦਵ ਦਾ
ਪਿਛੋਕੜਾ ਸਿਆਸਤ ਨਾਲ ਜੁੜਿਆ ਹੋਇਆ। ਮੇਰਾ ਸਵਾਲ ਹੈ ਵੀਐਮ ਸਿੰਘ ਜੀ, ਤੁਹਾਡੇ ਤੇ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ 5 ਮੈਂਬਰਾਂ ਵਿੱਚੋਂ 3 ਸਿੱਧੇ ਤੌਰ 'ਤੇ ਵੱਡੇ ਸਿਆਸੀ ਪਿਛੋਕੜ ਨਾਲ ਜੁੜੇ ਹੋਏ ਲੋਕ ਹੈ ਅਤੇ ਉਹ ਅੰਦੋਲਨ ਨੂੰ ਸਿਆਸੀ ਅੰਦੋਲਨ ਬਣਾਉਣ ਦੇ ਵਿੱਚ ਲੱਗੇ ਹੋਏ ਆ। ਵੀਐਮ ਸਿੰਘ ਜੀ, ਇਹਨਾਂ ਇਲਜ਼ਾਮਾਂ ਦਾ ਕੀ ਜਵਾਬ ਦਿਓਗੇ? ਗੱਲ ਕਰੀਏ, ਜਿਹੜੇ ਆਦਮੀ ਅੱਗੇ ਲੱਗੇ ਨੇ ਪਿੱਛੇ ਲੱਗੇ ਨੇ। ਅੱਜ ਅਸੀਂ ਮੈਂ ਜਦ ਸਟਾਰਟ ਕੀਤਾ ਸੀਗਾ ਗੁਰਦੁਆਰਾ ਬੰਗਲਾ ਸਾਹਿਬ ਤੋਂ 2017 ਦੇ ਅੰਦਰ, ਸਾਡੇ ਕੋਲ ਮੁਸ਼ਕਿਲ ਨਾਲ 50 ਸੰਗਠਨ ਸੀਗੇ, ਅੱਜ 250 ਸੰਗਠਨ ਤੋਂ ਵੱਧ ਹੋ ਗਏ। ਜੇ ਤੋੜਨ ਦੀ ਗੱਲ ਹੁੰਦੀ ਤਾਂ ਜੋੜਨ ਦੀ ਗੱਲ ਹੁੰਦੀ ਨਹੀਂ। ਅੱਜ ਦੀ ਤਰੀਕ ਦੇ ਅੰਦਰ ਕੋਈ ਸਵਾਲ ਕਰੇ ਕਿ ਸਿਆਸੀ ਲੋਕ ਜਾਂ ਨਹੀਂ ਸਿਆਸੀ ਲੋਕ, ਇਹ 250 ਸੰਗਠਨ ਜਿਹੜੇ ਨੇ ਜਾਂ ਹੁਣ ਜਿੰਨੇ ਵੀ ਅੱਗੇ ਵੱਧ ਜਾਣਗੇ, ਇਹੀ ਸੰਗਠਨ ਤਾਂ ਲੋਕ ਨੇ ਜਿਹੜੇ ਵੋਟ ਪਾ ਕੇ ਤੁਹਾਨੂੰ ਜਿਤਾਉਂਦੇ ਨੇ ਸਿਆਸੀ ਪਾਰਟੀਆਂ ਨੂੰ। ਤੇ ਇਹ ਜੇ ਖੁਦ ਸਿਆਸਤ ਕਰਨ ਤੇ ਦਿੱਕਤ ਕੀ ਹੈਗੀ ਹੈ? ਕਿਸਾਨਾਂ ਦੀ ਲੜਾਈ ਲੜਨ ਦਿੱਕਤ ਕੀ ਹੈਗੀ ਹੈ? ਮੈਂ ਤਾਂ ਡੰਕੇ ਦੀ ਚੋਟ ਤੇ ਕਹਿੰਦਾ, ਜੇ ਗੰਨੇ ਦਾ ਰੇਟ ਤੁਸੀਂ 450 ਨਹੀਂ ਕੀਤਾ ਇਸ ਸਾਲ ਉੱਤਰ ਪ੍ਰਦੇਸ਼ ਦੇ ਅੰਦਰ, 1.5 ਗੁਣਾ ਲਾਗਤ ਦਾ ਦਾਮ, ਤੇ ਅਸੀਂ ਆਪਣੀ ਪਾਰਟੀ ਬਣਾ ਕੇ ਯੂਪੀ ਅੰਦਰ ਸਰਕਾਰ ਆਪਣੀ ਬਣਾਵਾਂਗੇ, ਕੀ ਦਿੱਕਤ ਹੈ ਸਾਨੂੰ? ਸਾਡਾ ਇਹ ਕੰਮ ਹੈਗਾ ਕਿਸਾਨਾਂ ਦਾ ਕਿ ਪਿੱਛੇ ਪਿੱਛੇ ਲੱਗ ਜਾਓ, ਆਪਣੇ ਲਈ ਕੁਛ ਕਰੋ ਨਾ। ਜੇ ਇਹ ਬਿੱਲ ਪਾਸ ਕਰਦੇ ਹਨ ਕਹਿਣ ਤੁਹਾਡੇ ਲਈ ਹੈਗਾ, ਅਸੀਂ ਕਿਹਾ ਸਾਡੇ ਲਈ ਨਹੀਂ ਹੈਗਾ, ਉਹਦੇ ਬਾਵਜੂਦ ਵੀ ਜਿਹੜਾ ਹੈਗਾ ਜ਼ਬਰਦਸਤੀ ਕਰਨ, ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ? ਸਾਡੇ ਘਰ ਦੇ ਅੰਦਰ ਅੱਗ ਲੱਗੀ ਹੈ, ਅਸੀਂ ਬਚਾਵਾਂਗੇ ਜਾਂ ਰਾਖ ਹੋ ਜਾਵਾਂਗੇ? ਅਸੀਂ ਸੋਚਾਂਗੇ ਨਾ, ਇਹ ਬਾਹਰ ਦੇ ਲੋਕ ਨਹੀਂ ਸੋਚਣਗੇ, ਜਿਹੜੇ ਅੱਗ ਲਾ ਰਹੇ ਨੇ ਉਹ ਨਹੀਂ ਸੋਚਣਗੇ। ਸਰ, ਇਹ ਮੰਨ ਕੇ ਚੱਲੀਏ ਕਿ ਇਸ ਅੰਦੋਲਨ ਦੇ ਵਿੱਚੋਂ ਇੱਕ ਸਿਆਸੀ ਪਾਰਟੀ ਨਿਕਲ ਸਕਦੀ ਹੈ, ਵੀਐਮ ਸਿੰਘ ਜੀ? ਪਹਿਲੀ ਗੱਲ ਤਾਂ ਹੈਗੀ ਹੈ, ਪਹਿਲੇ ਤਾਂ ਕਿਸਾਨਾਂ ਨੂੰ ਬਚਾਉਣਾ ਹੈਗਾ। ਜਿਸ ਤਰ੍ਹਾਂ ਮੈਂ ਕਿਹਾ, ਉਹਨਾਂ ਦੇ ਘਰ ਦੇ ਅੰਦਰ ਅੱਗ ਲੱਗੀ ਹੈ, ਉਹ ਰਾਖ ਹੋ ਜਾਣ ਜਾਂ ਬਚ ਜਾਣ, ਪਹਿਲੇ ਤਾਂ ਇਹ ਦੇਖਣਾ ਹੈਗਾ। ਉਹਦੇ ਬਾਅਦ ਦੇਖਣਾ ਹੈਗਾ ਕਿ ਜਿਹੜਾ, ਬਈ ਮੈਂ ਤਾਂ ਬੜਾ ਸਿੱਧਾ ਕਹਿੰਦਾ, ਮੋਦੀ ਜੀ ਤੁਹਾਡੇ ਕੋਲ 4 ਸਾਲ ਪਏ ਨੇ, ਤੁਸੀਂ ਕੰਮ ਕਿਉਂ ਨਹੀਂ ਕਰ ਦਿੰਦੇ? ਤੁਸੀਂ ਆਹ ਜਿਹੜਾ MSP ਦੀ ਗੱਲ ਨਹੀਂ ਹੈਗੀ, ਤੁਸੀਂ ਕਹਿਤਾ ਵੀਐਮ ਸਿੰਘ ਕੋਰਟ ਜਾਂਦਾ ਹੈਗਾ, 25 ਸਾਲ ਤੋਂ ਕੋਰਟ ਤੋਂ 1,00,000 ਕਰੋੜ ਰੁਪਇਆ ਕਿਸਾਨਾਂ ਨੂੰ ਦਿਲਾ ਚੁੱਕਾ, ਫਾਇਦਾ ਕਰਾ ਚੁੱਕਾ ਹੈਗਾ, ਬਈ ਚਲੋ ਕੋਰਟ ਦਾ ਰਸਤਾ ਹੀ ਬੰਦ ਕਰ ਦਿਓ, ਇਹ ਕੋਈ ਤਰੀਕਾ ਹੈਗਾ? ਇਹ ਜਮਹੂਰੀਅਤ ਹੈਗੀ ਹੈ? ਤੁਸੀਂ ਕਹੋ SDM ਦੇ ਕੋਲ ਜਾਓ, ਤੁਸੀਂ ਕਹੋ DM ਦੇ ਕੋਲ ਜਾਓ, ਜਿਹੜੇ SDM ਦੇ ਜਿਹੜੇ ਮੰਤਰੀ ਅਡਾਨੀ ਅੰਬਾਨੀ ਦੇ ਸਾਹਮਣੇ ਖੜੇ ਹੋ ਜਾਂਦੇ ਨੇ, SDM ਕੀ ਕਰੂਗਾ, DM ਕੀ ਕਰੇਗਾ? ਇਹਨਾਂ ਚੀਜ਼ਾਂ ਨੂੰ ਠੀਕ ਕਰਨਾ ਹੈਗਾ। ਤੁਸੀਂ ਸਾਨੂੰ ਕਹਿੰਦੇ ਹੋ ਕਿ ਕੰਟਰੈਕਟ ਫਾਰਮਿੰਗ ਆ ਜਾਏਗੀ, 86% ਲੋਕਾਂ ਦਾ ਫਾਇਦਾ ਹੋ ਜਾਏਗਾ ਜੇ ਛੋਟੇ ਕਾਸ਼ਤਕਾਰ ਨੇ। ਇਹ ਛੋਟਾ ਕਾਸ਼ਤਕਾਰ ਤਾਂ 70 ਸਾਲ ਤੋਂ ਅਗਰੀਮੈਂਟ ਕਰ ਰਿਹਾ ਹੈਗਾ ਕੋਆਪਰੇਟ ਦੇ ਨਾਲ, ਗੰਨਾ ਲਈ ਆਪਣਾ ਸੁਸਾਇਟੀ ਦੇ ਮਾਧਿਅਮ ਨਾਲ, ਸੁਸਾਇਟੀ ਵਿੱਚ 40-50 ਹਜ਼ਾਰ ਹੁੰਦੇ ਨੇ ਮੈਂਬਰ, ਉਹਨਾਂ ਨੂੰ ਵੀ ਮਾਰ ਦਿੰਦਾ ਕੋਆਪਰੇਟ, ਤੇ ਇਕੱਲਾ ਇਕੱਲਾ ਕੀ ਕਰੇਗਾ? ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਜਿਹੜਾ ਅੱਗੇ ਆਉਣਾ ਪੈਂਦਾ ਹੈਗਾ। ਅੱਜ ਗੱਲ ਮੌਕੇ ਦੀ ਗੱਲ ਇਹ ਨਹੀਂ ਹੈ ਕਿ ਕੌਣ ਆਏਗਾ ਕੌਣ ਜਾਏਗਾ, ਮੌਕੇ ਦੀ ਗੱਲ ਇਹ ਹੈਗੀ ਹੈ ਕਿ ਅੱਜ ਮੋਦੀ ਸਰਕਾਰ ਹੈਗੀ ਹੈ, ਮੋਦੀ ਸਰਕਾਰ ਨੂੰ ਕਰਨਾ ਪਏਗਾ, ਵਰਨਾ 4 ਸਾਲ ਦੇ ਅੰਦਰ ਕਿਸਾਨ ਤਾਂ ਬਰਬਾਦ ਹੋ ਜਾਏਗਾ। ਤੁਸੀਂ ਦੇਖ ਲਓ ਨਾ, ਹੁਣੇ ਜਿਸ ਵੇਲੇ ਬਿੱਲ ਪਾਸ ਹੋਈ ਸੀ ਆਲੂ ਦਾ ਰੇਟ 15 ਰੁਪਏ ਕਿਲੋ ਸੀਗਾ, ਅੱਜ ਆਲੂ ਦਾ ਰੇਟ 60-70 ਰੁਪਏ ਕਿਲੋ ਹੋ ਗਿਆ, ਦਾਲਾਂ ਦਾ ਰੇਟ 60% ਬਣ ਗਿਆ, ਅੱਜ ਹਰ ਚੀਜ਼ ਦਾ ਰੇਟ ਬਣ ਗਿਆ, ਪਿਆਜ਼ ਦਾ ਰੇਟ 100% ਬਣ ਗਿਆ, ਅੱਜ ਜਿਹੜਾ ਹਰ ਚੀਜ਼ ਬਦਲ ਰਹੀ ਹੈ ਅੱਜ। ਪਰ ਇਹ ਤੁਸੀਂ ਦੇਖਣਾ ਹੈਗਾ ਅੱਜ ਦੀ ਤਰੀਕ, ਅਸੀਂ ਇਹ ਨਹੀਂ ਕਰਨਾ ਕਿਹਦੀ ਸਰਕਾਰ ਬਣੇਗੀ ਕਿਹਦੀ ਨਹੀਂ ਬਣੇਗੀ, ਅੱਜ ਸਰਕਾਰ ਮੋਦੀ ਸਰਕਾਰ ਹੈਗੀ ਹੈ, ਉਹਨਾਂ ਨੇ ਹੀ ਕਰਨਾ ਹੈਗਾ। ਅੱਜ ਨਾ ਕਾਂਗਰਸ ਸਪਨੇ ਲਵੇ, ਨਾ ਬਾਕੀ ਸਪਨੇ ਲਏ, ਨਾ ਅਸੀਂ ਸਪਨੇ ਲਈਏ, ਅੱਜ ਸਾਡਾ ਬੜਾ ਸਿੱਧਾ ਹੈਗਾ ਕਿ ਅੱਜ ਸਾਡਾ ਕੰਮ ਹੈਗਾ ਕਿਸਾਨ ਨੂੰ ਬਚਾਉਣਾ, ਖੇਤੀ ਨੂੰ ਬਚਾਉਣਾ। ਅੱਜ ਨੌਜਵਾਨਾਂ ਦੀ ਸ਼ਾਦੀ ਨਹੀਂ ਹੋ ਰਹੀ ਹੈਗੀ ਹੈ, ਉਹਨਾਂ ਕੋਲ ਜੀਵਿਕਾ ਨਹੀਂ ਹੈਗੀ ਹੈ, ਕੋਰੋਨਾ ਦੇ ਅੰਦਰ ਆਦਮੀ ਖਤਮ ਹੋ ਗਿਆ ਹੈਗਾ, ਉਹਦੇ ਕੋਲ ਨੋਟਬੰਦੀ ਅੰਦਰ ਨੌਕਰੀਆਂ ਚਲੇ ਗਈਆਂ ਨੇ। ਅੱਜ ਜਿਹੜਾ ਹੈਗਾ ਜੀਵਿਕਾ ਦੇਣੀ ਹੈ ਤੇ ਖੇਤੀ ਵੀ ਦੇਣੀ ਹੈ। ਸਾਡਾ GDP ਨੇ ਦੱਸ ਦਿੱਤਾ ਹੈਗਾ 3.4 ਦਾ ਸਾਡਾ ਆਇਆ ਹੈਗਾ, ਖੇਤੀ ਦਾ ਆਇਆ ਹੈਗਾ। ਤੁਹਾਨੂੰ ਸਾਡੀ ਮਦਦ ਕਰੋਗੇ, ਦੇਸ਼ ਨੀਚੇ ਜਾਏਗਾ ਪਰ ਖੇਤੀ ਉੱਤੇ ਲੈ ਕੇ ਜਾਏਗੀ। ਮਦਦ ਤਾਂ ਕਰੋ ਸਾਨੂੰ, ਅਸੀਂ ਕੋਰੋਨਾ ਤੁਹਾਨੂੰ ਖਿਲਾਇਆ ਹੈ, ਤੁਹਾਡੀ ਸੇਵਾ ਕੀਤੀ ਹੈ, ਸਾਨੂੰ ਠੋਕਰ ਨਾ ਮਾਰੋ। ਵੀਐਮ ਸਿੰਘ ਜੀ, ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਕਿ ਸਾਡਾ ਫੋਕਸ ਕਿਸਾਨ ਹੈ, ਖੇਤੀ ਸੈਕਟਰ ਹੈ, ਸਿਆਸਤ ਉਸ ਤੋਂ ਬਾਅਦ ਹੁੰਦੀ ਰਹੇਗੀ, ਜੇ ਤੁਸੀਂ ਇੱਦਾਂ ਹੀ ਇਸ 'ਤੇ ਫੋਕਸ ਕਰਦੇ ਪਏ ਹੋ, ਚਲੋ ਮੈਂ ਵੀ ਸਵਾਗਤ ਕਰ ਦਿੰਦਾ। ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਵਾਲ ਖੇਤੀ ਦਾ ਹੀ ਹੋਣਾ ਚਾਹੀਦਾ, ਸਵਾਲ ਕਿਸਾਨ ਦਾ ਹੀ ਹੋਣਾ ਚਾਹੀਦਾ। ਜਦੋਂ ਵੋਟਾਂ ਦੀ ਖੇਤੀ ਦਾ ਸਵਾਲ ਹੁੰਦਾ ਤਾਂ ਫਿਰ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲਦਾ ਹੈ। ਸਾਡਾ ਸਵਾਲ ਇੱਕੋ ਹੀ ਹੈ, ਕਿਸਾਨ ਸੰਘਰਸ਼ ਵਿੱਚ ਕਿੰਨਾ ਦਮ? ਬ੍ਰੇਕ ਤੋਂ ਬਾਅਦ ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਵੀਐਮ ਸਿੰਘ ਜੀ, ਤੁਸੀਂ ਇਸ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਕੋਰਟ ਵਿੱਚ ਲੈ ਕੇ ਗਏ ਸਰਕਾਰਾਂ ਨੂੰ, ਤੁਸੀਂ 2086 ਰਿਟ ਪਟੀਸ਼ਨ ਦਾ ਵੀ ਜ਼ਿਕਰ ਕੀਤਾ, ਮੈਂ ਇਸ ਤੋਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ 5112 ਦਾ। ਵੀਐਮ ਸਿੰਘ ਜੀ, ਮੇਰਾ ਸਵਾਲ ਇਹ ਹੈ ਕਿ ਤੁਸੀਂ ਇਸ ਕੇਸ ਨੂੰ, ਆ ਖੇਤੀ ਕਾਨੂੰਨਾਂ ਵਾਲੇ ਕੇਸ ਨੂੰ, ਖੁਦ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਸੁਪਰੀਮ ਕੋਰਟ ਵਿੱਚ ਲਿਜਾਇਆ ਜਾਵੇ, ਜਾਂ ਤੁਹਾਨੂੰ ਲੱਗਦਾ ਕਿ ਸੜਕ 'ਤੇ ਜਿਹੜਾ ਅੰਦੋਲਨ ਹੈ ਉਸ ਕੇਸ ਦੀ ਮਜ਼ਬੂਤੀ ਦੇ ਲਈ ਕੰਮ ਕਰੂਗਾ? ਵੀਐਮ ਸਿੰਘ ਜੀ, ਦੋ ਚੀਜ਼ਾਂ ਨੇ ਜੀ। ਤੁਸੀਂ 5112 ਦੀ ਗੱਲ ਕੀਤੀ ਹੈ, 2020 ਉਹ ਧਾਨ ਦਾ ਸੀਗਾ, ਝੋਨੇ ਦਾ ਸੀਗਾ, ਉਹ ਗੱਲ ਕਰਾਂਗੇ।
ਸੁਪਰੀਮ ਕੋਰਟ ਵਿੱਚ ਲੈ ਕੇ ਜਾਣਾ ਜਾਂ ਕੋਰਟ ਦੇ ਲੜਨਾ ਏਦਾਂ ਹੈਗਾ ਕਿ 25 ਸਾਲ ਪਹਿਲੇ ਮੈਂ ਠਾਣਿਆ ਸੀਗਾ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿਸਾਨ ਨੇਤਿਆਂ ਤੇ। ਬਹੁਤ ਕਿਸਾਨ ਨੇਤਾ ਲੋਕਾਂ ਨੂੰ ਲੈ ਕੇ ਜਾ ਕੇ ਤੇ ਆਪਣੀ ਟਿਕਟਾਂ ਲੈ ਕੇ ਤੇ ਮੰਤਰੀ ਬਣ ਜਾਂਦੇ ਸੀ, ਸਭ ਕੁਝ ਕਰ ਲੈਂਦੇ ਸੀਗੇ। ਮੈਂ ਕਿਹਾ 25 ਸਾਲ ਮੈਂ ਕਰਕੇ ਲੋਕਾਂ ਦੇ ਘਰਾਂ ਨੂੰ ਪੈਸਾ ਦੇਵਾਂਗਾ, ਲੋਕਾਂ ਦਾ ਫਾਇਦਾ ਕਰਾਵਾਂਗਾ, ਉਹਦੇ ਬਾਅਦ ਲੋਕਾਂ ਨੂੰ ਪੁੱਛਾਂਗਾ ਤੁਸੀਂ ਕੀ ਚਾਹੁੰਦੇ ਹੋ, ਆਪਣੇ ਪੈਰਾਂ ਤੇ ਖੜੇ ਹੋਣਾ, ਕਿਉਂਕਿ ਵੀਐਮ ਸਿੰਘ ਨੇ 99 ਸਾਲ ਦਾ ਪੱਟਾ ਲੈ ਕੇ ਨਹੀਂ ਆਇਆ, ਵੀਐਮ ਸਿੰਘ ਦੇ ਬਾਅਦ ਕੀ ਕਰੋਗੇ। ਇਸ ਕਰਕੇ ਮੈਂ ਚਾਹੁੰਦਾ ਲੋਕ ਖੜੇ ਹੋਣ। ਅੱਜ ਜਿਹੜਾ ਅਸੀਂ ਬਣਾਇਆ ਹੈਗਾ ਨਾ ਸੰਘਰਸ਼ ਕਮੇਟੀ ਬਣਾਈ ਹੈਗੀ ਹੈ, ਅਖਿਲ ਭਾਰਤੀ ਕਿਸਾਨ ਸੰਘਰਸ਼ ਸਮਨਵੇ ਸਮਿਤੀ ਬਣਾਈ ਹੈਗੀ ਹੈ, ਪੂਰਾ ਦੇਸ਼ ਇਕੱਠਾ ਹੈਗਾ। ਜਿੱਥੇ ਜਿੱਥੇ ਮੈਂ ਤਾਮਿਲਨਾਡੂ ਜਾਂਦਾ, ਸਾਡੀ ਬੋਲੀ ਅਲੱਗ, ਉਹਨਾਂ ਦੀ ਬੋਲੀ ਅਲੱਗ ਹੈ, ਪਰ ਦਰਦ ਦੋਨਾਂ ਦਾ ਇੱਕੋ ਹੈਗਾ। ਉਹ ਵੀ ਜਿਹੜਾ ਹੈਗਾ ਉਹਨਾਂ ਕੋਲ ਵੀ ਪੈਸਾ ਨਹੀਂ ਹੈਗਾ, ਉਹਨਾਂ ਨੂੰ ਲਾਗਤ ਦਾ ਦਾਮ ਨਹੀਂ ਮਿਲਦਾ ਹੈਗਾ, ਉਹਨਾਂ ਦਾ ਭੈੜਾ ਹਾਲ ਹੈ, ਬੱਚਿਆਂ ਦਾ ਬੁਰਾ ਹਾਲ ਹੈਗਾ। ਇਸ ਕਰਕੇ ਪੂਰੇ ਦੇਸ਼ ਦਾ ਹਾਲ ਹੈਗਾ। ਕੋਰਟ ਜਾਣ ਦਾ ਮਕਸਦ, ਕੋਰਟ ਵੀ ਤੁਹਾਨੂੰ ਮੈਂ 2 ਮਿੰਟ ਜਾ ਸਕਦਾ ਸੀਗਾ, ਜਿੱਦਾਂ ਉਹਨਾਂ ਨੇ ਕਿਹਾ ਕੋਰਟ ਨਹੀਂ ਜਾਓਗੇ, ਕੋਰਟ ਜਾ ਕੇ ਉਹਨੂੰ ਖਾਰਿਜ ਕਰਾ ਦਿਓ, 2-3 ਹੋਰ ਕਲੌਜ ਖਾਰਿਜ ਕਰਾ ਦਿਓ, ਉਹਦੇ ਨਾਲ ਕੀ ਹੋਏਗਾ, ਕਿਸਾਨ ਖੜਾ ਨਹੀਂ ਹੋਏਗਾ। ਅੱਜ ਕਿਸਾਨ ਆਪਣੇ ਲਈ ਖੜਾ ਹੋ ਰਿਹਾ ਹੈਗਾ। ਅੱਜ ਤੁਸੀਂ ਦੇਖ ਰਹੇ ਹੋ, ਮੈਂ ਤੁਹਾਡੇ ਮਾਧਿਅਮ ਧੰਨਵਾਦ ਦੇਣਾ ਚਾਹੂੰਗਾ ਅਮਰੀਕਾ ਦੇ ਲੋਕਾਂ ਦਾ, ਕੈਨੇਡਾ ਵਿੱਚ ਸਾਡੇ ਭਰਾਵਾਂ ਦਾ, ਆਸਟ੍ਰੇਲੀਆ ਵਿੱਚ ਲੋਕਾਂ ਦਾ, ਅੱਜ ਸਾਡੇ ਭਰਾ ਨੇ ਉਹ ਬਾਹਰ ਨਿਕਲ ਕੇ ਸਾਡੀ ਸਪੋਰਟ ਕਰ ਰਹੇ ਨੇ। ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਹਿੰਦੁਸਤਾਨ ਤੱਕ ਛੱਡਿਆ ਸੀ ਕਿਉਂਕਿ ਸਾਨੂੰ ਰੇਟ ਨਹੀਂ ਮਿਲਦਾ ਸੀਗਾ। ਜੇ ਝੋਨੇ ਦਾ ਰੇਟ ਮਿਲਦਾ, ਗੰਨੇ ਦਾ ਰੇਟ ਮਿਲਦਾ, ਅਸੀਂ ਬਾਹਰ ਕਿਉਂ ਆਉਂਦੇ? ਬਾਹਰ ਇਸ ਲਈ ਆਇਆ ਕਿਉਂਕਿ ਸਾਨੂੰ ਰੇਟ ਨਹੀਂ ਮਿਲਦਾ ਸੀਗਾ। ਅੱਜ ਵੀ ਜੇ ਰੇਟ ਨਹੀਂ ਮਿਲੇਗਾ, ਬੱਚੇ ਕਿਤੇ ਨਾ ਕਿਤੇ ਹੋਰ ਜਾਣਗੇ। ਅੱਜ ਬੱਚਿਆਂ ਦਾ ਬੁਰਾ ਹਾਲ ਹੈ, ਕੋਈ ਡਰੱਗਸ ਵਿੱਚ ਜਾ ਰਿਹਾ ਹੈਗਾ, ਕੋਈ ਨਸ਼ੇ ਵਿੱਚ ਜਾ ਰਿਹਾ ਹੈਗਾ, ਕੋਈ ਸ਼ਰਾਬ ਪੀ ਰਿਹਾ ਹੈਗਾ, ਕੋਈ ਕ੍ਰਾਈਮ ਵਿੱਚ ਜਾ ਰਿਹਾ ਹੈਗਾ। ਉਹਨਾਂ ਨੂੰ ਰਸਤਾ ਦਿਖਾਉਣਾ ਸਾਡਾ ਫਰਜ਼ ਹੈਗਾ। ਇਸ ਕਰਕੇ ਅੰਦੋਲਨ ਜਿਹੜਾ ਹੈਗਾ ਹੋ ਰਿਹਾ ਹੈ, ਇਹ ਅੰਦੋਲਨ ਹੋਰ ਵਧੇਗਾ। ਬੱਚੇ ਹੁਣ ਇਹਦੇ ਅੰਦਰ ਘੁਸ ਗਏ ਨੇ, ਜਿਹੜੇ ਬੱਚੇ ਮੋਦੀ ਮੋਦੀ ਕਰਦੇ ਸੀਗੇ, ਅੱਜ ਉਹ ਕਹਿੰਦੇ ਸਾਡਾ ਹੱਕ ਦਵੋ, ਸਾਡਾ ਹੱਕ ਰੱਖੋ ਇੱਥੇ। ਤੇ ਇਸ ਕਰਕੇ ਮੈਂ ਕਹਿੰਦਾ ਅੰਦੋਲਨ ਜਿਹੜਾ ਵਧ ਰਿਹਾ ਹੈਗਾ, ਤੁਸੀਂ ਦੇਖੋਗੇ ਅੱਗੇ 1 ਮਹੀਨੇ ਅੰਦਰ ਕੀ ਸ਼ੇਪ ਲੈਂਦਾ ਹੈਗਾ। ਤੇ ਇਹ ਜਿਹੜਾ ਲੋਕ ਭੜਕਾ ਰਹੇ ਨੇ ਨਾ, ਸਿਆਸੀ ਨੇ, ਨੌਨ ਸਿਆਸੀ ਨੇ, ਇਹਦੇ ਅੰਦਰ ਕੋਈ ਦਮ ਨਹੀਂ ਹੈਗਾ, ਕੋਈ ਦਮ ਨਹੀਂ ਹੈਗਾ। ਆਦਮੀ ਤਦ ਗਲਤ ਗੱਲ ਕਰਦਾ, ਦੂਜੇ ਰਸਤੇ ਤੇ ਲੈ ਕੇ ਜਾਂਦਾ, ਜਦੋਂ ਉਹਦੀ ਗੱਲ ਨਹੀਂ ਬਣਦੀ। ਮੈਂ ਤਾਂ ਚੈਲੰਜ ਕਰਨਾ ਮੋਦੀ ਸਰਕਾਰ ਨੂੰ, ਮੋਦੀ ਬਾਬਾ ਜੀ ਤੁਸੀਂ ਕੰਮ ਕਰੋ, ਆਮਨੇ ਸਾਹਮਣੇ ਗੱਲ ਕਰੋ ਨਾ, ਸਾਰੇ ਟੈਲੀਵਿਜ਼ਨ ਚੈਨਲ ਸਾਹਮਣੇ ਲਗਾ ਲਓ ਤੇ ਗੱਲ ਕਰੋ ਆਮਨੇ ਸਾਹਮਣੇ। ਤੁਸੀਂ ਕਹਿੰਦੇ ਹੋ ਵਨ ਨੇਸ਼ਨ ਵਨ ਮਾਰਕੀਟ, ਪੰਜਾਬ ਛੱਡੋ, ਯੂਪੀ ਦੇ ਲੋਕ ਹਰਿਆਣਾ ਜਾਂਦੇ ਨੇ ਝੋਨਾ ਵੇਚਣ ਲਈ, ਉਹਨਾਂ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਹੈਗਾ। 200-200 ਟਰਾਲੀਆਂ ਯਮੁਨਾਨਗਰ ਤੋਂ ਜਿਹੜਾ ਹੈਗਾ, ਯਮੁਨਾਨਗਰ ਪਹੁੰਚੀਆਂ, ਸਹਾਰਨਪੁਰ ਤੋਂ ਵਾਪਿਸ ਆ ਗਈਆਂ, ਸ਼ਾਮਲੀ ਤੋਂ ਗਈਆਂ, ਕਰਨਾਲ ਵਾਪਿਸ ਆ ਗਈਆਂ। ਤੁਹਾਡੀ ਖੁਦ ਦੀ ਗਵਰਨਮੈਂਟ ਲੈਣ ਨੂੰ ਤਿਆਰ ਨਹੀਂ ਹੈ, ਕਿਸਾਨ ਕਿੱਥੇ ਜਾਵੇ? ਤੇ ਕਿਸਾਨ ਦੀਆਂ ਬੇੜੀਆਂ ਤੁਸੀਂ ਨਹੀਂ ਖੋਲੀਆਂ? ਕਿਸਾਨ ਦੀਆਂ ਬੇੜੀਆਂ ਸੀਗੀਆਂ ਨਹੀਂ ਕਦੀ? ਕਿਸਾਨ ਕੋਲ ਤਾਂ ਇੰਨਾ ਸਾਧਨ ਨਹੀਂ ਸੀ, ਤਾਕਤ ਨਹੀਂ ਸੀਗਾ ਕਿ ਬਾਹਰ ਜਾ ਕੇ ਵੇਚੇ। ਉਹਦੇ ਕੋਲ 2-3 ਕਿੱਲੇ ਹੁੰਦੇ ਨੇ, ਉਹਦੇ ਵਿੱਚ ਚਾਰਾ ਬੁੰਦਾ ਹੈਗਾ, ਕਿਉਂਕਿ ਪਸ਼ੂ ਨਹੀਂ ਹੋਏ ਉਹਦੇ ਘਰ, ਦੁੱਧ ਨਹੀਂ ਹੋਏਗਾ, ਦੁੱਧ ਨਹੀਂ ਹੋਏਗਾ ਤੇ ਉਹਦਾ ਖਰਚਾ ਨਹੀਂ ਨਿਕਲੇਗਾ, ਉਹਦਾ ਭੈੜਾ ਹਾਲ ਹੈਗਾ। ਆਮ ਕਿਸਾਨ ਦੀ ਗੱਲ ਕਰੀਏ ਅਸੀਂ, ਵੱਡੇ ਵੱਡੇ ਕਿਸਾਨਾਂ ਦੀ ਗੱਲ ਨਹੀਂ ਕਰੀਏ। ਇਸ ਕਰਕੇ ਜਿਹੜਾ ਹੈਗਾ ਅੱਜ ਲਕਸ਼ ਸਾਡਾ ਬੜਾ ਸਿੱਧਾ ਹੈਗਾ ਕਿ ਅੰਦੋਲਨ ਦੇ ਜ਼ਰੀਏ ਲੋਕ ਖੜੇ ਹੋਣ। ਸੁਪਰੀਮ ਕੋਰਟ, ਹਾਈ ਕੋਰਟ ਜਾ ਕੇ ਤਾਂ ਬਹੁਤ ਵਾਰ ਕਰਾ ਲਿਆ, ਪਰ ਖੜੇ ਨਹੀਂ ਹੁੰਦੇ ਲੋਕ। ਹੁਣ ਜਦ ਆਪੀ ਲੜਾਈ ਲੜ ਰਹੇ ਨੇ, ਹੁਣ ਮੈਂ ਤੁਹਾਨੂੰ ਕਹਾਂਗਾ ਜਿਹੜਾ ਹੈ ਨਾ 5112 of 2000, ਅੱਜ MSP ਦੀ ਗੱਲ ਪੂਰਾ ਦੇਸ਼ ਕਰ ਰਿਹਾ ਹੈ। ਅਸੀਂ ਉੱਤਰ ਪ੍ਰਦੇਸ਼ ਦੇ ਅੰਦਰ 2000 ਦੇ ਅੰਦਰ 20 ਅਕਤੂਬਰ ਤੋਂ ਲੈ ਕੇ 23 ਅਕਤੂਬਰ ਤੱਕ ਪੂਰਾ ਚੱਕਾ ਜੈਮ ਸੀ, ਸਾਰੀਆਂ ਰੇਲਾਂ ਰੁਕੀਆਂ ਸੀਗੀਆਂ, 250 ਕਿਲੋਮੀਟਰ ਦਾ ਬਿਲਕੁਲ ਚੱਕਾ ਜਾਮ, ਪਰਿੰਦਾ ਨਹੀਂ ਘੁੰਮ ਸਕਦਾ ਸੀਗਾ ਉੱਥੇ। ਕਿਉਂ? ਅਸੀਂ ਕਿਹਾ ਸਾਡਾ MSP ਲਾਗੂ ਕਰੋ। ਇੱਕ ਚੀਫ ਮਿਨਿਸਟਰ ਚਲਾ ਗਿਆ, 25 ਅਕਤੂਬਰ ਨੂੰ ਰਾਮ ਪ੍ਰਕਾਸ਼ ਗੁਪਤਾ ਜੀ ਚਲੇ ਗਏ ਉੱਥੋਂ, ਰਾਜਨਾਥ ਸਿੰਘ ਜੀ ਆ ਗਏ। ਰਾਜਨਾਥ ਸਿੰਘ ਨੇ ਕਿਹਾ ਠੀਕ ਹੈ, ਤੁਹਾਡੀ ਡਿਮਾਂਡ ਅਸੀਂ ਮੰਨ ਲਈਏ, ਤੁਹਾਡਾ ਝੋਨਾ ਤੁੱਲੇਗਾ ਉੱਥੇ ਪਹਿਲੀ ਵਾਰ ਹਿਸਟਰੀ ਅੰਦਰ, ਉੱਤਰ ਪ੍ਰਦੇਸ਼ ਦੇ ਅੰਦਰ ਝੋਨਾ ਤੁੱਲਿਆ। 3 ਦਿਨ ਦੇ ਬਾਅਦ ਵਾਪਿਸ ਲੈ ਲਿਆ, ਹਾਈਕੋਰਟ ਵਿੱਚ ਗਏ, ਇਹ ਫਾਈਲ ਕੀਤਾ 5112 of 2000। 9 ਨਵੰਬਰ ਨੂੰ ਕੋਰਟ ਨੇ ਆਦੇਸ਼ ਦਿੱਤਾ ਕਿ ਸਭ ਦਾ ਝੋਨਾ ਤੁਲਣਾ ਹੈਗਾ। ਹਰ ਹਫ਼ਤੇ ਕੋਰਟ ਲੈਂਦਾ ਸੀਗਾ, ਪ੍ਰਮੁੱਖ ਸਚਿਵ ਨੂੰ ਰੋਜ਼ ਬੁਲਾਉਂਦਾ ਸੀਗਾ, ਜ਼ਿਲ੍ਹਾ ਅਧਿਕਾਰੀਆਂ ਨੂੰ ਬੁਲਾਉਂਦਾ ਸੀਗਾ, ਤੇ ਪਹਿਲੀ ਵਾਰ ਤੁਹਾਨੂੰ ਪਤਾ ਪੂਰਨਪੁਰ ਤੋਂ ਮੈਂ ਵਿਧਾਇਕ ਸੀਗਾ ਪੀਲੀਭੀਤ ਤੋਂ, ਉੱਥੇ ਹੋਲੀ ਤੱਕ, ਮਾਰਚ ਤੱਕ ਪੂਰੀ ਤੁਲਾਈ ਹੋਈ, ਪੂਰੇ UP ਦਾ ਝੋਨਾ ਉੱਥੇ ਆ ਜਾਂਦਾ ਸੀਗਾ ਬਾਅਦ ਤੱਕ, ਕਿਉਂਕਿ ਇਹ ਕੋਸ਼ਿਸ਼ ਹੋਈ ਹੈਗੀ ਹੈ ਕਿ ਕਿਸਾਨ ਨੂੰ ਰਸਤਾ ਦਿਖਾਉਣ ਦੀ। ਕਿਸਾਨ ਰਸਤਾ ਦੇਖੇਗਾ ਤੇ ਅੱਗੇ ਚੱਲੇਗਾ। ਅੱਜ ਵੀ ਇਹ ਪਟੀਸ਼ਨ ਚਾਲੂ ਹੈਗੀ ਹੈ, ਸੁਪਰੀਮ ਕੋਰਟ ਚਲੇ ਗਏ ਲੋਕ, ਸੁਪਰੀਮ ਕੋਰਟ ਨੇ ਮੋਹਰ ਲਗਾਤੀ, ਅੱਜ ਵੀ ਇਸੇ ਪਟੀਸ਼ਨ ਦੇ ਕਾਰਨ ਜਿਹੜਾ ਹੈਗਾ ਅੱਜ ਵੀ ਝੋਨਾ ਤੁਲ ਰਿਹਾ ਹੈਗਾ। ਇਹ ਨਾ ਰਾਜ ਸਰਕਾਰ ਦਾ ਹੈਗਾ, ਨਾ ਕੇਂਦਰ ਸਰਕਾਰ ਦਾ ਹੈਗਾ, ਦੋਨਾਂ ਨੇ ਵਿਰੋਧ ਕੀਤਾ ਸਾਡਾ। ਠੀਕ ਹੈ, VM ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਕਿਸਾਨ ਨੂੰ ਅਸੀਂ ਖੜਾ ਕਰਨਾ ਸੀ, ਕਿਸਾਨ ਨੂੰ ਜਾਗਰੂਕ ਕਰਨਾ, ਕਿਸਾਨ ਨੂੰ ਦੱਸਣਾ, ਕਿਸਾਨ ਨੂੰ ਇੱਕ ਮੰਚ 'ਤੇ ਲੈ ਕੇ ਆਉਣਾ। ਇੱਕ ਜਿੱਥੋਂ ਤੁਸੀਂ ਉਹਨੇ ਉੱਤਰ ਪ੍ਰਦੇਸ਼ ਤੋਂ, VM ਸਿੰਘ ਜੀ, ਉੱਥੇ
ਟਿਕੈਤ ਧੜਾ ਜਿਹੜਾ ਉਹ ਤੁਹਾਡੇ ਤੋਂ ਵੱਖ ਚੱਲਦਾ ਪਿਆ, ਇੱਥੇ ਜਿਵੇਂ ਉਗਰਾਹਾਂ ਧੜਾ ਵੱਖ ਚੱਲਦਾ ਪਿਆ, ਸਰ ਇਹਨਾਂ ਨੂੰ ਇੱਕ ਮੰਚ ਤੇ ਲੈ ਕੇ ਆਉਣ ਦੇ ਲਈ ਕੋਈ ਕੋਸ਼ਿਸ਼ਾਂ ਕਰ ਰਹੇ ਹੋ ਤੁਸੀਂ ਜਾਂ ਨਹੀਂ ਕੋਸ਼ਿਸ਼ਾਂ ਸਫਲ ਹੋ ਰਹੀਆਂ? ਨਹੀਂ ਜੀ, ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ। ਸਾਡਾ ਹੈਗਾ ਕਿ ਇੱਕ ਆ ਧੜਾ ਹੋਰ ਵੀ ਹੈਗਾ, ਤੇ ਉਗਰਾਹਾਂ ਦੀ ਜਿਹੜੀ ਗੱਲ ਹੈਗੀ ਹੈ ਉਹਨਾਂ ਦੀ ਟੀਮ ਆਈ ਸੀਗੀ, ਗੱਲ ਵੀ ਹੋਈ ਹੈਗੀ ਹੈ, ਉਹਨਾਂ ਨੇ ਦੋ ਤਿੰਨ ਦਿਨ ਦਾ ਫੈਸਲਾ ਕਰਨਾ ਕਿੱਦਾਂ ਚੱਲਣਾ ਹੈਗਾ। ਟਕੈਤ ਸਾਹਿਬ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਨ 2000 ਵਿੱਚ ਟਕੈਤ ਸਾਹਿਬ ਨੇ, ਮੈਂ ਆਪਣਾ ਸੰਗਠਨ ਜਦ ਬਣਾਇਆ ਨਾ 8 ਅਕਤੂਬਰ ਨੂੰ ਤਵੀਰ ਨੂੰ ਧਰਨਾ ਦਿੱਤਾ, ਟਕੈਤ ਸਾਹਿਬ ਨੇ ਉਸ ਤੋਂ ਪਹਿਲੇ ਮੈਨੂੰ ਆਪਣਾ ਉੱਤਰ ਅਧਿਕਾਰੀ ਬਣਾਇਆ ਸੀਗਾ। ਮੈਂ ਦੇਖਿਆ ਮੈਨੂੰ ਸਮਝ ਨਹੀਂ ਆਈ, ਮੇਰਾ ਕੰਮ ਲੀਗਲ ਹੈਗਾ, ਉਹਨਾਂ ਦਾ ਲੀਗਲ ਨਹੀਂ ਸੀਗਾ। ਹੁਣ ਟਕੈਤ ਸਾਹਿਬ ਦਾ ਜਿਹੜਾ ਧੜਾ ਸੀਗਾ, ਅੱਜ ਉੱਤਰ ਪ੍ਰਦੇਸ਼ ਦੇ ਅੰਦਰ 43-44 ਧੜੇ ਹੋ ਗਏ ਨੇ ਉਹਦੇ, ਉਹਨਾਂ ਦੇ ਪਿੰਡ ਦੇ ਅੰਦਰ ਪਰਸੋਂ ਜਿਹੜਾ ਇੱਕ ਧੜਾ ਹੋਰ ਬਣ ਗਿਆ ਹੈਗਾ। ਪਰ ਇਹ ਧੜਾ ਟਕੈਤ ਸਾਹਿਬ ਦਾ ਜਾ ਕੇ ਸੀਐਮ ਨੂੰ ਮਿਲ ਕੇ ਆਉਂਦਾ ਹੈਗਾ। ਸਾਡਾ 25 ਤਰੀਕ ਦਾ ਸੀਗਾ ਸਾਡਾ ਪੂਰੇ ਦੇਸ਼ ਦੇ ਅੰਦਰ ਅੰਦੋਲਨ, ਤੇ 23 ਤਰੀਕ ਨੂੰ 23 ਸਪਤੰਬਰ ਮਿਲ ਕੇ ਆਉਂਦਾ ਯੋਗੀ ਜੀ ਨੂੰ, ਕਹਿੰਦਾ ਤੁਸੀਂ ਫਿਕਰ ਨਾ ਕਰੋ ਜੀ, ਕਿਸਾਨ ਬੜਾ ਖੁਸ਼ ਹੈ ਤੁਹਾਡੇ ਕੋਲੋਂ। ਯੋਗੀ ਨੇ ਖੁਦ ਟਵੀਟ ਕੀਤਾ ਹੈਗਾ, ਪੂਰੇ ਦੇਸ਼ ਦੇ ਅੰਦਰ ਹੈਗਾ। ਉਹਦੇ ਬਾਅਦ ਅਸੀਂ ਕਿੱਦਾਂ ਮਿਲ ਲਈਏ ਦੱਸੋ, ਤੁਸੀਂ ਜੋ ਤੁਸੀਂ ਸਿਆਸਤ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਪੁੱਛੋ ਨਾ, ਜਿਹੜੇ ਸੀਐਮ ਤੇ ਪੀਐਮ ਨੂੰ ਮਿਲਦੇ ਨੇ ਉਹਦੇ ਬਾਅਦ ਜਿਹੜਾ ਹੈਗਾ ਉਹਨਾਂ ਦੇ ਮਾਰਫਿਕ ਚੱਲਦੇ ਨੇ। ਇਸ ਕਰਕੇ ਅਸੀਂ ਕਿਸਾਨਾਂ ਨੂੰ ਉਹਦੇ ਅੰਦਰ ਨਹੀਂ ਲੈ ਕੇ ਜਾਣਾ ਚਾਹੁੰਦੇ, ਉਹ ਆਪਣੀ ਆਪਣੀ ਰਾਜਨੀਤੀ ਕਰਨ, ਆਪਣਾ ਕੰਮ ਕਰਨ। ਉਹਨਾਂ ਨੂੰ ਕੋਈ ਨਹੀਂ ਪੁੱਛੇਗਾ ਕਿ 2014 ਵਿੱਚ ਜਦ ਬੀਐਮ ਸਿੰਘ ਮੋਦੀ ਦੇ ਨਾਲ ਸੀਗਾ ਟਕੈਤ, ਉਸ ਵੇਲੇ ਮਨਮੋਹਨ ਸਿੰਘ ਤੇ ਅਜੀਤ ਸਿੰਘ ਨਾਲ ਸੀਗਾ, ਤੇ ਟਕੈਤ ਨੇ ਲੜਿਆ ਸੀਗਾ ਇਲੈਕਸ਼ਨ ਤੇ 9000 ਵੋਟ ਪਏ ਸੀਗੇ 18 ਲੱਖ ਵਿੱਚੋਂ, ਉਹਨਾਂ ਤਰਫ ਲੜਿਆ ਸੀ। ਕੋਈ ਨਹੀਂ ਕਹੇਗਾ ਇਹ ਚੀਜ਼, ਪਰ ਕਿਉਂਕਿ ਅੰਦੋਲਨ ਚੱਲ ਰਿਹਾ ਹੈਗਾ, ਸਫਲ ਅੰਦੋਲਨ ਹੈਗਾ, ਉਹਨੂੰ ਤੋੜਨਾ ਹੈਗਾ ਤੇ ਅਫਵਾਹ ਫੈਲਾਈ ਜਾਓ। ਵੀਐਮ ਸਿੰਘ ਜੀ, ਤੁਸੀਂ ਬਹੁਤ ਬੇਬਾਕੀ ਨਾਲ ਜਵਾਬ ਦੇ ਰਹੇ ਹੋ। ਮੇਰਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਸੋਧ ਬਿੱਲ ਪਾਸ ਕੀਤੇ ਜਾ ਰਹੇ ਆ, ਜਿਵੇਂ ਪੰਜਾਬ ਦੇ ਵਿੱਚ ਕੀਤਾ, ਛੱਤੀਸਗੜ੍ਹ ਦੀ ਸਾਡੇ ਕੋਲ ਉਦਾਹਰਨ ਹੈਗੀ ਆ, ਹੋਰ ਵੀ ਸਾਡੇ ਕੋਲ ਉਦਾਹਰਨਾਂ ਆ ਜਾਣਗੀਆਂ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਕਿ ਇਹ ਸੋਧ ਬਿੱਲਾਂ ਦੇ ਨਾਲ ਕੋਈ ਰਸਤਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਜਾਂ ਸਿਰਫ ਇੱਕ ਰਾਜਨੀਤਿਕ ਰਸਤਾ? ਵੀਐਮ ਸਿੰਘ ਜੀ, ਮੈਂ ਤਾਂ ਬਹੁਤ ਇਮਾਨਦਾਰੀ ਵਾਲੀ ਟਿੱਪਣੀ ਚਾਹੁੰਦਾ ਤੁਹਾਡੇ ਤੋਂ। ਮੈਥੋਂ ਇਮਾਨਦਾਰ ਤੁਹਾਨੂੰ ਆਪ ਹੀ ਮਿਲਣਾ ਵੀ ਕੋਈ ਨਹੀਂ ਹੈਗਾ। ਜਿਸ ਟਿੱਪਣੀ ਆ ਚਾਹੁੰਦੇ ਹੋ, ਜਿਸ ਦਿਨ ਆਇਆ ਸੀਗਾ ਮੈਂ ਪਹਿਲਾ ਆਦਮੀ ਸੀਗਾ ਹਿੰਦੁਸਤਾਨ ਅੰਦਰ ਜਿਹਨੇ ਆਪਣੀ ਟਿੱਪਣੀ ਦਿੱਤੀ ਸੀ ਟਾਈਮਿੰਗ ਦੀ। ਮੈਂ ਕਿਹਾ ਬਈ ਤੁਸੀਂ ਜੇ ਪਾਸ ਕਰਨਾ ਸੀਗਾ, ਤੁਹਾਨੂੰ ਪਤਾ ਇਹਨੇ ਨਾ ਗਵਰਨਰ ਨੇ ਤੁਹਾਨੂੰ ਦੇਣਾ ਹੈਗਾ ਮਨਜ਼ੂਰੀ, ਨਾ ਦੇਣੀ ਹੈ ਤੁਹਾਨੂੰ ਪ੍ਰੈਜ਼ੀਡੈਂਟ ਨੇ 2-2 ਦੇ ਅੰਦਰ ਇਹਨਾਂ ਨੇ ਮਨਜ਼ੂਰੀ ਨਹੀਂ ਦੇਣੀ, ਪਰ ਘੱਟ ਤੋਂ ਘੱਟ ਇੰਨਾ ਤਾਂ ਕਰਦੇ। ਤੁਸੀਂ ਜੇ ਕਿਹੜਾ ਤੁਸੀਂ ਕਿਹਾ ਹੈ ਨਾ MSP ਜੋ ਨਹੀਂ ਦੇਗਾ 3 ਸਾਲ ਦੀ ਕੈਦ ਕਰਾਂਗੇ, ਨਾਲ ਕੀ ਲਿਖਿਆ ਹੈਗਾ ਇਫ ਅ ਫਾਰਮਰ ਇਸ ਕੰਪੈਲਡ, ਜੇ ਕੋਈ ਕਿਸਾਨ ਨੂੰ ਮਜਬੂਰ ਕੀਤਾ ਜਾਂਦਾ ਹੈਗਾ MSP ਤੋਂ ਘੱਟ ਵੇਚਣ ਲਈ। ਬਈ ਸਾਡਾ 1100 ਦਾ ਝੋਨਾ ਵਿਕ ਰਿਹਾ, 1800-1850 ਰੇਟ ਹੈਗਾ, ਜਿਹੜਾ 1500 ਦੇਗਾ ਨਾ ਉਹਦੇ ਪੈਰ ਵੀ ਛੂ ਕੇ ਅਸੀਂ ਆਵਾਂਗੇ, ਧੰਨਵਾਦ ਕਰਕੇ ਆਵਾਂਗੇ, ਉਹ ਕੰਪੈਲ ਮਜਬੂਰ ਨਹੀਂ ਕਹਿੰਦਾ ਹੈਗਾ, ਤੇ ਫਿਰ ਉਹਦੇ ਖਿਲਾਫ਼ ਕੇਸ ਨਹੀਂ ਹੋਏਗਾ। ਮੇਰਾ ਹੈਗਾ ਕਿ ਬੜਾ ਸਿੱਧਾ, ਜਿੱਥੇ ਜਿੱਥੇ ਬਾਕੀ ਹੋ ਰਿਹਾ ਹੈਗਾ ਤੁਹਾਨੂੰ, ਜੇ ਤੁਸੀਂ ਆਪਣੀ ਪੋਜੀਸ਼ਨ ਵੀ ਲੈਣੀ ਹੈਗੀ ਹੈ ਤੁਹਾਨੂੰ ਵੀ ਪਤਾ ਇਹਦਾ ਕੱਖ ਨਹੀਂ ਹੋਣਾ ਹੈਗਾ, ਜੇ ਪੋਜੀਸ਼ਨ ਵੀ ਲੈਣੀ ਹੈਗੀ ਹੈ ਸਿੱਧਾ ਕਰੋ। ਤੇ ਇਹ ਜਿੰਨੀਆਂ ਸੀ ਨਾ, ਕਾਂਗਰਸ ਵੀ ਹੋਵੇ, ਸਪਾ ਵੀ ਹੋਵੇ, ਬਸਪਾ ਹੋਵੇ, 30 ਪਾਰਟੀਆਂ ਹਿੰਦੁਸਤਾਨ ਦੀਆਂ, ਅਸੀਂ ਇੱਕ ਰੈਜ਼ੋਲੂਸ਼ਨ ਪਾਸ ਕਰਾਇਆ ਸੀਗਾ ਕੰਸਟੀਟਿਊਸ਼ਨ ਕਲੱਬ ਦੇ ਅੰਦਰ। ਤੁਸੀਂ ਰਾਜੂ ਸ਼ੈਟੀ ਦੀ ਗੱਲ ਕੀਤੀ ਹੈ, ਉਹਨੇ ਪ੍ਰਾਈਵੇਟ ਮੈਂਬਰ ਬਿੱਲ ਸਾਡਾ ਅਖਿਲ ਭਾਰਤੀ ਕਿਸਾਨ ਸੰਘਰਸ਼ ਸਮਨਵੇ ਸਮਿਤੀ ਤਰਫ ਤੋਂ ਪਾਇਆ ਸੀਗਾ, ਉਹਦੇ ਅੰਦਰ ਸੀਗਾ ਇਹੀ ਚੀਜ਼ ਕਿ MSP ਦੇਣੀ ਪਏਗੀ, ਪੂਰੀ ਖਰੀਦ ਕਰਨੀ ਪਏਗੀ, ਉਸ ਤੋਂ ਘੱਟ ਕੋਈ ਵੇਚੇਗਾ ਤਾਂ ਜੇਲ੍ਹ ਜਾਏਗਾ। ਅਸੀਂ ਕਿਹਾ ਇਹਨੂੰ ਲਾਗੂ ਕਰੋ, ਕਿਉਂ ਨਹੀਂ ਲਾਗੂ ਕਰਦੇ? ਇਹਦੇ ਅੰਦਰ ਕਿਉਂ ਪਾਉਂਦੇ ਹੋ ਕਿ ਤੁਹਾਨੂੰ ਮਜਬੂਰ ਕਰੇਗਾ ਨਹੀਂ ਕਰੇਗਾ? ਇਹ ਪੰਜਾਬ ਦੇ ਉਹਦੇ ਉੱਤੇ ਮੈਂ ਹੀ ਪਹਿਲੀ ਟਿੱਪਣੀ ਕੀਤੀ ਸੀਗੀ ਕਿ ਇਹ ਗਲਤ ਹੈਗਾ, ਜੇ ਤੁਸੀਂ ਬਣਾਉਣਾ ਵੀ ਹੈਗਾ ਤੇ ਇੱਦਾਂ ਬਣਾਓ ਜੋ ਇਸ ਤੋਂ ਘੱਟ ਲਏਗਾ ਜੇਲ੍ਹ ਜਾਏਗਾ। ਕਿਉਂ? ਅਸੀਂ ਖਾਦ ਲੈਂਦੇ ਹਾਂ, ਡੀਜ਼ਲ ਲੈਂਦੇ ਹਾਂ, ਕੀਟਨਾਸ਼ਕ ਲੈਂਦੇ ਹਾਂ, ਅਸੀਂ ਸਰਕਾਰੀ ਰੇਟ ਤੋਂ ਇੱਕ ਪੈਸਾ ਘੱਟ ਨਹੀਂ ਦੇ ਸਕਦੇ। ਤੁਸੀਂ ਇੱਦਾਂ ਕਹਿੰਦੇ ਹੋ ਕਦੀ ਕਿ ਨਹੀਂ ਬਈ ਪੈਟਰੋਲ ਪੰਪ ਜਿਹੜਾ ਹੈਗਾ ਸਰਕਾਰੀ ਉਹਦਾ ਤਾਂ ਇਹ ਰੇਟ ਰਹੇਗਾ, ਰਿਲਾਇੰਸ ਦਾ ਰੇਟ ਨਹੀਂ ਰਹੇਗਾ, ਉਹਨੂੰ ਪ੍ਰੋਟੈਕਸ਼ਨ ਨਹੀਂ ਦੇਣੀ? ਉਹਨੂੰ ਵੀ ਪ੍ਰੋਟੈਕਸ਼ਨ ਦਿੰਦੇ ਹੋ, ਸਾਨੂੰ ਪ੍ਰੋਟੈਕਸ਼ਨ ਕਿਉਂ ਦਿੰਦੇ ਬਈ? ਮੈਂ ਇੱਕ ਹੋਰ ਛੋਟਾ ਬ੍ਰੇਕ ਲੈਣਾ ਵੀਐਮ ਸਿੰਘ ਜੀ, ਮੈਂ ਬ੍ਰੇਕ ਤੋਂ ਵਾਪਸ ਆਊਂਗਾ, ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਆਖਰੀ ਹਿੱਸੇ ਵਿੱਚ ਕੁਝ ਹੋਰ ਸਵਾਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਵੀਐਮ ਸਿੰਘ ਨੂੰ, ਕਿਸਾਨ ਸੰਘਰਸ਼ ਵਿੱਚ ਕਿੰਨਾ ਦਮ ਹੈਗਾ? ਸਵਾਲ ਬੜਾ ਵੱਡਾ, ਬੜਾ ਮਹੱਤਵਪੂਰਨ ਹੈ। ਇਸ ਦਮ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਹਰ ਰੈਲੀ ਦੇ ਵਿੱਚ ਇਹਨਾਂ ਲੀਡਰਾਂ ਨੂੰ ਕਿਸਾਨਾਂ ਦੇ ਜਵਾਬ ਦੇਣੇ ਪੈ ਰਹੇ ਆ, ਇੰਨਾ ਕਦਮ ਤਾਂ ਹੁਣ ਤੱਕ ਦਿਖਿਆ, ਅੱਗੇ ਕੀ ਹੋਵੇਗਾ? ਅੱਗੇ ਆ ਕੇ ਫਿਰ ਸਵਾਲ ਹੋਵੇਗਾ ਜ਼ਰੂਰ। ਸਵਾਲ ਇਹ ਹੈਗਾ ਕਿ ਤੁਸੀਂ ਜਿਸ ਤਰੀਕੇ ਨਾਲ ਕਲੀਅਰ ਕੀਤਾ ਕਿ ਲੀਗਲੀ ਜਿਹੜੇ ਸੋਧ ਬਿੱਲ ਉਹਨੇ ਕੰਕਰੀਟ ਨਹੀਂ ਹੈਗੇ, ਕਿ ਪੋਲੀਟੀਕਲੀ ਆਪਦੀ ਪੋਜੀਸ਼ਨ ਲੈ ਰਹੇ ਆ ਸਾਰੇ ਵੀਐਮ ਸਿੰਘ ਜੀ,
ਇਦਾਂ ਤਾਂ ਨਹੀਂ ਕਿਤੇ ਹੋ ਜਾਊਗਾ ਜਿਸ ਤਰੀਕੇ ਨਾਲ ਤੁਸੀਂ ਐਲਾਨ ਕੀਤਾ 5 ਨਵੰਬਰ ਵਾਲਾ 26 27 ਨਵੰਬਰ ਵਾਲਾ ਕਿ ਇਹ ਪੰਜਾਬ ਹਰਿਆਣਾ ਵੈਸਟਰਨ ਯੂਪੀ ਦਾ ਹੀ ਇੱਕ ਅੰਦੋਲਨ ਨਾ ਬਣ ਕੇ ਰਹਿ ਜਾਵੇ ਵੀ ਐਮ ਸਿੰਘ ਜੀ ਕਿਤੇ ਇਹ ਸ਼ੱਕ ਤਾਂ ਨਹੀਂ ਤੁਹਾਡੀ ਮੀਟਿੰਗ ਦੇ ਵਿੱਚ ਉਠਾਇਆ ਤਾਂ ਨਹੀਂ ਗਿਆ ਕਿਤੇ ਇਹ ਸਵਾਲ ਇਸ ਸਵਾਲ ਤਾਂ ਮੈਂ ਖੁਦ ਹੀ ਚੱਕਿਆ ਸੀਗਾ ਅਸੀਂ ਦੇਖਣਾ ਹੈਗਾ ਦੋ ਚੀਜ਼ਾਂ ਜੇ ਰੇਲ ਗੱਡੀਆਂ ਖੁੱਲ ਗਈਆਂ ਤੇ ਸਾਰੇ ਆ ਜਾਣਗੇ ਦਿੱਲੀ ਇੰਨੇ ਲੋਕ ਆ ਜਾਣਗੇ ਕਿ ਫਿਰ ਪਤਾ ਨਹੀਂ ਚੱਲੇਗਾ ਜੇ ਰੇਲ ਗੱਡੀਆਂ ਨਹੀਂ ਖੁੱਲੀਆਂ ਫਿਰ ਕੀ ਹੋਏਗਾ ਹੁਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਤਾਮਿਲਨਾਡੂ ਤੋਂ 2500 ਕਿਲੋਮੀਟਰ ਤੋਂ ਕੌਣ ਆ ਸਕਦਾ ਹੈਗਾ ਕਿੰਨੇ ਲੋਕ ਆ ਸਕਦੇ ਨੇ ਇਹ ਸਵਾਲ ਤਾਂ ਆਏਗਾ ਆਏਗਾ ਕਰਨਾਟਕਾ ਤੋਂ ਕਿੰਨੇ ਲੋਕ ਆ ਜਾਣਗੇ ਕਰਨਾਟਕਾ ਦੀ ਰੈਲੀ ਸੀਗੀ 35,000 ਆਦਮੀ ਉੱਥੇ ਸੀਗਾ ਹੁਣ ਕਿੰਨੇ ਲੋਕ ਆ ਜਾਣਗੇ ਇਹ ਦੇਖਣਾ ਪਏਗਾ ਜੇ ਨਹੀਂ ਖੁੱਲਦਾ ਹੈਗਾ ਇਹ ਰੇਲ ਨਹੀਂ ਚਾਲੂ ਕਰਦੇ ਨੇ ਤੇ ਫਿਰ ਉਹ ਸ਼ਕਲ ਦੇ ਅੰਦਰ ਸਾਨੂੰ ਦੇਖਣਾ ਕਿ ਸਟੇਟ ਗੌਰਮੈਂਟਸ ਦੇ ਨਾਲ ਸਟੇਟ ਹੈੱਡਕੁਆਰਟਰ ਵਿੱਚ ਕਰਨਾ ਹੈਗਾ ਜ਼ਿਲ੍ਹੇ ਵਿੱਚ ਕਰਨਾ ਹੈਗਾ ਤਹਿਸੀਲਾਂ ਵਿੱਚ ਕਰਨਾ ਹੈਗਾ ਇਨਡੈਫੀਨਿਟ ਕਰਨਾ ਹੈਗਾ ਦੋ ਦਿਨ ਦਾ ਕਰਨਾ ਹੈਗਾ ਇਹ ਬਹੁਤ ਸਵਾਲ ਹੈਗੇ ਆ ਮੇਨ ਸਵਾਲ ਇਹ ਹੈਗਾ ਕਿ ਖੇਤੀ ਨੂੰ ਜ਼ਿੰਦਾ ਰੱਖਣਾ ਹੈਗਾ ਨੌਜਵਾਨਾਂ ਨੂੰ ਜੀਵਿਕਾ ਦੇਣੀ ਹੈਗੀ ਹੈ ਕਿਉਂਕਿ ਉਹਨਾਂ ਕੋਲ ਜੀਵਿਕਾ ਅੱਗੇ ਨਹੀਂ ਹੈਗੀ ਉਹ ਸਾਡੀ ਅਗਲੀ ਪੀੜ੍ਹੀ ਹੈ 138 ਕਰੋੜ ਲੋਕ ਨੇ ਅੱਜ ਜਿਹੜਾ ਖਾਣਾ ਖਾਂਦੇ ਨੇ ਇਸ ਕਰਕੇ ਤਾਂ ਕੋਪਰੇਟ ਆ ਰਿਹਾ ਹੈਗਾ ਕਿ ਵਧੀਆ ਪੈਸਾ ਮਿਲੇਗਾ ਇੱਥੇ ਡਬਲ ਕਰਾਂਗੇ ਟ੍ਰਿਪਲ ਕਰਾਂਗੇ ਪਰ ਉਹ ਨੌਜਵਾਨ ਜਿਹੜੇ ਨੇ ਉਹਨਾਂ ਦੀ ਨੌਕਰੀ ਜਾ ਰਹੀ ਹੈ ਨੌਕਰੀ ਮਿਲਣੀ ਨਹੀਂ ਹੈ ਜੇ ਉਹਨਾਂ ਨੂੰ ਗੰਨੇ ਦਾ ਰੇਟ 450 ਰੁਪਏ ਕੁਇੰਟਲ ਦੇ ਕਹਿੰਦੇ ਆ ਜੇ ਉਹ ਰੇਟ ਮਿਲ ਜਾਂਦਾ ਹੈਗਾ 238 ਦੀ ਵਰਾਇਟੀ ਆ ਰਹੀ ਹੈਗੀ ਗੰਨੇ ਦੀ 400 ਕੁਇੰਟਲ ਏਕੜ ਦਾ ਘੱਟ ਤੋਂ ਘੱਟ 500 ਕੁਇੰਟਲ ਹੈਗਾ ਜੇ 2 ਲੱਖ ਰੁਪਏ ਕਿੱਲਾ ਮਿਲ ਗਿਆ ਪੇਮੈਂਟ ਇਮੀਡੀਏਟ ਮਿਲ ਗਈ ਤੇ ਇਹ ਬੱਚੇ ਖੜੇ ਹੋ ਜਾਣਗੇ ਇਹ ਅੰਦੋਲਨ ਵਿੱਚ ਬੱਚੇ ਹੀ ਆ ਰਹੇ ਨੇ ਉਹਨਾਂ ਨੂੰ ਆਪਣਾ ਭਵਿਸ਼ ਦਿਖ ਰਿਹਾ ਹੈ ਅਹੰਕਾਰ ਵਿੱਚ ਹੈਗਾ ਅੱਗੇ ਆ ਰਹੇ ਨੇ ਇਸ ਕਰਕੇ ਹੁਣ ਤੁਹਾਡੀ ਜਿਹੜੀ ਗੱਲ ਹੈਗੀ ਹੈ ਕਿ ਵੈਸਟਰਨ ਯੂਪੀ ਦਾ ਪੰਜਾਬ ਦਾ ਹਰਿਆਣਾ ਦਾ ਅੰਦੋਲਨ ਨਾ ਬਣ ਜਾਵੇ ਜੇ ਮੈਂ ਤੁਹਾਨੂੰ ਸਾਫ ਕਹਿ ਰਿਹਾ ਜੇ ਰੇਲਾਂ ਨਹੀਂ ਖੁੱਲੀਆਂ ਜੱਥੇ ਆਉਣਗੇ ਪੂਰੇ ਸਟੇਟ ਤੋਂ ਜੱਥੇ ਆਉਣਗੇ ਪਰ ਉਹ ਜੱਥਾ 1,000-2,000 ਆਦਮੀ ਤੋਂ ਵੱਧ ਨਹੀਂ ਹੋਣਾ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਇੱਕ ਸਟੇਟ ਤੋਂ 25-25,000 ਆਦਮੀ ਆਏਗਾ ਫਿਰ ਗੱਡੀਆਂ ਤੇ ਆਉਣਗੇ ਬੱਸਾਂ ਤੇ ਆਉਣਗੇ ਕਿੰਨਾ ਪੈਸਾ ਹੈਗਾ ਕਿਸਾਨ ਕੋਲ ਅੱਜ ਹਾਂ ਉੱਤਰ ਪ੍ਰਦੇਸ਼ ਉੱਤਰਾਖੰਡ ਪੂਰਾ ਯੂਪੀ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਇਹ ਜਿੰਨੇ ਆਸ ਪਾਸ ਦੇ ਸੂਬੇ ਨੇ ਹਿਮਾਚਲ ਵੀ ਇਹ ਜ਼ਰੂਰ ਆਉਣਗੇ ਜ਼ਿਆਦਾ ਤੋਂ ਜ਼ਿਆਦਾ ਤਾਦਾਦ 'ਤੇ ਆਉਣਗੇ ਪਰ ਜੇ ਰੇਲ ਖੁੱਲ੍ਹ ਗਈਆਂ ਤਾਂ ਫਿਰ ਤੁਹਾਨੂੰ ਦਿਖੇਗਾ ਕਿ ਅੰਦੋਲਨ ਕੀ ਹੁੰਦਾ ਹੈ ਬੀ ਐਮ ਸਿੰਘ ਜੀ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਜਿਸ ਤਰੀਕੇ ਨਾਲ ਸੰਘ ਦੇ ਵਿੰਗ ਨੇ ਵਿਰੋਧ ਕੀਤਾ ਇਹਨਾਂ ਖੇਤੀ ਕਾਨੂੰਨਾਂ ਦਾ ਉਸ ਤਰੀਕੇ ਨਾਲ ਸਵਾਲ ਇਹ ਆ ਰਿਹਾ ਕਿ ਬਿਹਾਰ ਚੋਣਾਂ ਤੋਂ ਬਾਅਦ ਹੋ ਸਕਦਾ ਕਿ ਕੇਂਦਰ ਸਰਕਾਰ ਨੂੰ ਕੋਈ ਫੈਸਲਾ ਲੈਣ ਲਈ ਮਜਬੂਰ ਹੋਣਾ ਪਵੇ ਹੋ ਸਕਦਾ ਇਹ ਵੀ ਹੋ ਸਕਦਾ ਕਿ ਇਹਨਾਂ ਕਾਨੂੰਨਾਂ ਦੇ ਨਾਲ ਜਿਵੇਂ ਤੁਹਾਡੀ ਡਿਮਾਂਡ ਹੈਗੀ ਹੈ ਕਿ ਇੱਕ ਹੋਰ ਬਿੱਲ ਜਾਂ ਇੱਕ ਹੋਰ ਕਾਨੂੰਨ ਆ ਜਿਹੜਾ ਉਸ ਤਰੀਕੇ ਨਾਲ ਲਿਆਂਦਾ ਜਾਵੇ ਤੁਹਾਨੂੰ ਇਹ ਉਮੀਦ ਜਾਪਦੀ ਹੈ ਕਿਤੇ ਤੁਹਾਨੂੰ ਕਲੂ ਤਾਂ ਮਿਲੇ ਹੋਣੇ ਕੋਈ ਨਾ ਕੋਈ ਕਿਉਂਕਿ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਵੀ ਸੰਬੰਧਿਤ ਰਹੇ ਹੋ ਅਤੇ ਤੁਹਾਡਾ ਉਹਨਾਂ ਨਾਲ ਰਾਬਤਾ ਵੀ ਰਹਿੰਦਾ ਵੀ ਐਮ ਸਿੰਘ ਜੀ ਕੋਈ ਲੱਗਦਾ ਕਿਤੇ ਰਿਲੈਕਸੇਸ਼ਨ ਇਹੋ ਜਿਹੀ ਤੁਹਾਨੂੰ ਲੱਗਦਾ ਕਿ ਬਿਹਾਰ ਚੋਣਾਂ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਾਊਗੀ ਦੇਖੋ ਬਿਹਾਰ ਦੇ ਚੋਣ ਹੈਗੇ ਮੱਧ ਪ੍ਰਦੇਸ਼ ਦੇ ਚੋਣ ਹੈਗੇ ਅੱਜ ਯੂਪੀ ਦੇ ਅੰਦਰ ਬਾਈ ਇਲੈਕਸ਼ਨ ਹੈਗੇ ਇਹਨਾਂ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਕਹਿ ਸਕਦਾ ਅੱਜ ਤੋਂ ਇੱਕ ਮਹੀਨਾ ਪਹਿਲੇ ਮੱਧ ਪ੍ਰਦੇਸ਼ ਦੇ ਅੰਦਰ 28 ਸੀਟਾਂ ਤੋਂ 20 ਸੀਟਾਂ ਬੀਜੇਪੀ ਲੈ ਰਹੀ ਸੀਗੀ ਅੱਜ ਦੇ ਹਾਲਾਤ ਨੇ ਕਿ ਘੱਟ ਤੋਂ ਘੱਟ 20 ਸੀਟਾਂ ਕਾਂਗਰਸ ਲੈ ਸਕਦੀ ਹੈਗੀ ਹੈ ਪੂਰਾ ਉਲਟਾ ਹੋ ਗਿਆ ਬਿਹਾਰ ਦੇ ਅੰਦਰ ਲੋਕ ਕਹਿੰਦੇ ਸੀ ਲਾਲੂ ਦੇ ਬੇਟੇ ਦਾ ਦਮ ਨਹੀਂ ਹੈਗਾ ਭਾਈ ਨਿਤੀਸ਼ ਤਾਂ ਵਾਪਸ ਆਏਗਾ 80% ਲੋਕ ਨਿਤੀਸ਼ ਨੂੰ ਕਹਿੰਦੇ ਸੀਗੇ ਅੱਜ ਦੀ ਤਰੀਕ ਦੇ ਅੰਦਰ ਆਮ ਆਦਮੀ ਕਹਿੰਦਾ ਹੈਗਾ ਕਿ ਨਹੀਂ ਬਾਈ ਪਲਟਾ ਉੱਥੇ ਵੀ ਲੱਗੇਗਾ ਕਿਉਂ ਕਿਉਂਕਿ ਉੱਥੇ ਜਿਹੜਾ ਪ੍ਰਵਾਸੀ ਜਿਹੜਾ ਹੈਗਾ ਤੁਹਾਡਾ ਲੇਬਰ ਉਹ ਨਿਤੀਸ਼ ਦੇ ਖਿਲਾਫ ਹੈਗੀ ਹੈ ਕਿਸਾਨ ਮੋਦੀ ਦੇ ਖਿਲਾਫ ਹੈਗੇ ਇਹ ਅਖਬਾਰਾਂ ਕੁਛ ਵੀ ਦੱਸਣ ਕਿਸਾਨ ਤੇ ਮਜ਼ਦੂਰ ਜੇ ਇਕੱਠਾ ਹੋ ਗਿਆ 80% ਲੋਕ ਇਕੱਠੇ ਹੋ ਗਏ ਇਹ ਖੜੇ ਨਹੀਂ ਹੋ ਸਕਦੇ ਅੱਜ ਕੇਵਲ ਵਿਰੋਧ ਬਿੱਲਾਂ ਦਾ ਹੈਗਾ ਇਸ ਬਿੱਲਾਂ ਕਰਕੇ ਜਿਹੜਾ ਹੈਗਾ ਅੱਜ ਦੇ ਅੱਜ ਪੂਰੀ ਸਿਆਸਤ ਬਦਲ ਜਾਏਗੀ ਤੁਸੀਂ ਯੂਪੀ ਅੰਦਰ ਦੇਖਣਾ ਜਿਹੜੇ ਹੋ ਰਹੇ ਨੇ ਇਲੈਕਸ਼ਨ ਪੂਰਾ ਸਿਆਸਤ ਬਦਲ ਜਾਏਗੀ ਪਰ ਮੈਂ ਤਾਂ ਕੇਵਲ ਮੋਦੀ ਜੀ ਨੂੰ ਇੱਕ ਚੀਜ਼ ਕਹਿੰਦਾ ਬਾਰ ਬਾਰ ਮੋਦੀ ਜੀ ਤੁਸੀਂ ਕਿਹਾ ਸੀ ਸਾਨੂੰ ਮੈਂ ਤੁਹਾਡਾ ਚੌਕੀਦਾਰ ਹੈਗਾ ਤੁਹਾਡੀ ਚੌਕੀਦਾਰੀ ਜਿਹੜੀ ਹੈ ਨਾ ਬੜੀ ਮਹਿੰਗੀ ਪੈ ਰਹੀ ਹੈ ਸਾਨੂੰ ਪਹਿਲੇ ਤੁਸੀਂ ਕੀ ਕੀਤਾ ਜਿਹੜਾ ਆਵਾਰਾ ਪਸ਼ੂ ਹੈ ਸਾਡੇ ਖੇਤਾਂ ਵਿੱਚ ਪਾਤਾ ਹੁਣ ਜਿਹੜਾ ਹੈਗਾ ਜਿਹੜਾ ਕੋਪਰੇਟ ਹੈਗਾ ਉਹਨੂੰ ਰਸਤਾ ਦਿਖਾਤਾ ਤੇ ਮੋਦੀ ਜੀ ਸਾਨੂੰ ਇਹ ਚੌਕੀਦਾਰ ਨਹੀਂ ਚਾਹੀਦਾ ਆਪਣੇ ਆਰਾਮ ਨਾਲ ਦਿਸ ਰਹੋ ਸਾਨੂੰ ਜੀਣ ਦੇਵੋ ਜਾਂ ਫਿਰ ਅਸੀਂ ਚੌਕੀਦਾਰ ਬਦਲਾਂਗੇ ਵੀ ਐਮ ਸਿੰਘ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇਸ਼ ਦੀ ਸੱਤਾ ਵਿੱਚ ਵੀ ਬਦਲਾਅ ਚਾਹੁੰਦੇ ਹਾਂ ਜੇ ਇਹਨਾਂ ਨੇ ਖੇਤੀ ਕਾਨੂੰਨਾਂ ਦੇ ਵਿੱਚ ਬਦਲਾਅ ਨਾ ਕੀਤਾ ਤਾਂ
ਵੀਐਮ ਸਿੰਘ ਜੀ, ਤੁਸੀਂ ਪਹਿਲਾਂ ਵੀ ਇਸ਼ਾਰਾ ਕਰ ਚੁੱਕੇ ਹੋ, ਇਹ ਸਵਾਲ ਮੇਰੇ ਕੋਲ ਬਹੁਤ ਵਾਰ ਆ ਚੁੱਕਿਆ ਕਿ ਕਿਸਾਨਾਂ ਨੂੰ ਕਹੋ ਕਿ ਉਹ ਇੱਕ ਆਪਦੀ ਧਿਰ ਖੜੀ ਕਰਨ। ਤੁਸੀਂ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਯੂਪੀ ਦੇ ਵਿੱਚ ਅਨਾਊਂਸ ਵੀ ਕੀਤਾ ਹੋਇਆ ਜੋ ਤੁਸੀਂ ਹੋਕਾ ਦਿੱਤਾ ਸੀਗਾ ਕਿ ਨੋਟਾਂ ਨੂੰ ਵੋਟਾਂ ਪਾਓ ਤੁਸੀਂ। ਮੇਰਾ ਸਵਾਲ ਹੈ ਵੀਐਮ ਸਿੰਘ ਜੀ, ਇਹ ਸਵਾਲ ਆਉਣਾ ਲਾਜ਼ਮੀ ਹੈ ਕਿਸਾਨ ਦੇ ਸੰਘਰਸ਼ ਦੇ ਵਿਚਾਲੇ, ਇਹ ਰਾਜਨੀਤੀ ਦੀ ਐਂਟਰੀ ਹੋਣੀ ਲਾਜ਼ਮੀ ਹੈ, ਇਸ ਤੋਂ ਬਚਿਆ ਨਹੀਂ ਜਾ ਸਕਦਾ ਵੀਐਮ ਸਿੰਘ? ਪਹਿਲੀ ਚੀਜ਼ ਜੇ ਨੋਟਾਂ ਦਾ ਦਿੱਤਾ ਸੀਗਾ ਉਹ ਟੈਸਟ ਕਰਨ ਦੀ ਗੱਲ ਸੀ, ਪਾਰਟੀ ਬਣਾ ਲਈ ਸੀ ਪਹਿਲੇ ਕਿਸਾਨ ਪਾਰਟੀ, ਗਏ ਨਹੀਂ ਸੀਗੇ। ਅਸੀਂ ਕਿਹਾ ਵੀ ਟਾਈਮ ਨਹੀਂ ਹੈਗਾ, ਸਾਡੇ ਕੋਲ ਕੁਛ ਨਹੀਂ ਹੈਗਾ, ਤੇ ਅਸੀਂ ਕਿਹਾ ਠੀਕ ਹੈ ਨੋਟਾ ਦਿਓ। ਤੁਹਾਨੂੰ ਪਤਾ ਜਿੰਨੇ ਕੌਂਸਟੀਚੁਐਂਸੀ ਸੀਗੇ 10-10 ਹਜ਼ਾਰ ਤੋਂ ਉੱਤੇ ਨੋਟਾ ਪਿਆ, ਜੇ 10-10 ਹਜ਼ਾਰ ਤੁਹਾਡੇ ਸਕਰੀ ਮੈਂਬਰ ਹੋ ਗਏ ਤੇ ਬੜਾ ਆਸਾਨੀ ਹੈਗੀ ਨਾ। ਦੂਜੀ ਚੀਜ਼ ਹੈ, ਲੋੜ ਕਿਉਂ ਹੈ ਜਦ ਤੁਹਾਨੂੰ ਝੋਨੇ ਦਾ ਰੇਟ ਨਹੀਂ ਮਿਲੇ, ਕਣਕ ਦਾ ਰੇਟ ਨਹੀਂ ਮਿਲੇ, ਦੁੱਧ ਦਾ ਰੇਟ ਨਹੀਂ ਮਿਲੇ, ਫਲ ਦਾ ਰੇਟ ਨਹੀਂ ਮਿਲੇ, ਤੁਹਾਨੂੰ ਜਿਹੜਾ ਹੈਗਾ ਗੰਨੇ ਦਾ ਰੇਟ ਨਹੀਂ ਮਿਲੇ, ਇੱਕ ਇੱਕ ਸਾਲ ਬਾਅਦ ਤੁਸੀਂ ਤੁਹਾਨੂੰ ਪੇਮੈਂਟ ਮਿਲੇ, ਕੋਰਟ ਕਹਿ ਦੇਵੇ ਤੁਹਾਨੂੰ ਵਿਆਜ ਮਿਲੇ, ਤੁਹਾਨੂੰ ਵਿਆਜ ਨਹੀਂ ਮਿਲਦਾ ਹੈਗਾ ਤੇ ਤੁਹਾਡੇ ਤੋਂ ਵਿਆਜ ਲਿਆ ਜਾਂਦਾ ਹੈਗਾ ਜਿਹੜਾ ਤੁਸੀਂ ਲੋਨ ਲੈਂਦੇ ਹੋ। ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਕੀ ਕਹਿੰਦੇ ਹਾਂ ਬਈ ਇਹਨੂੰ ਹਟਾਓ, ਇਹਨੂੰ ਲੈ ਕੇ ਆਓ, ਸਪਾ ਹਟਾਓ, ਬਸਪਾ ਲੈ ਕੇ ਆਓ, ਬਸਪਾ ਹਟਾਓ, ਕਾਂਗਰਸ ਲੈ ਕੇ ਆਓ, ਕਾਂਗਰਸ ਹਟਾਓ, ਫਲਾਂ ਲੈ ਕੇ ਆਓ। ਇਹ ਕਦ ਤੱਕ ਕਰਦੇ ਰਹੋਗੇ ਬਈ, ਕਦ ਤੱਕ ਕਰਦੇ ਰਹੋਗੇ? ਜਿਹੜਾ ਆਉਂਦਾ ਹੈਗਾ ਉਹੀ ਸਾਨੂੰ ਲੁੱਟਦਾ ਹੈਗਾ, ਉਹੀ ਸਾਨੂੰ ਖਾਂਦਾ ਹੈਗਾ। ਇਸ ਕਰਕੇ ਜਦ ਤੱਕ, ਜੇ ਤਾਂ ਹੁਣ ਵੀ ਕਰਦੇ ਮੋਦੀ ਜੀ ਕਰਦੇ ਸਾਡਾ ਕੰਮ ਕਰਦੇ, ਮੈਂ ਤਾਂ ਬਾਰ ਬਾਰ ਕਹਿ ਰਿਹਾ ਯੋਗੀ ਬਾਬਾ ਨੂੰ ਕਿ ਯੋਗੀ ਜੀ ਤੁਸੀਂ 450 ਗੰਨੇ ਦਾ ਰੇਟ ਕਰ ਦਿਓ, ਤਾਂ ਕਿਉਂ ਕਰ ਦਿਓ? ਇਹ ਨਹੀਂ ਕਿ ਵੀਐਮ ਸਿੰਘ ਨੇ ਕਿਹਾ ਤਾਂ ਕਰ ਦਿਓ। ਅਸੀਂ ਵਿਧਾਨ ਸਭਾ ਇੱਕ ਕੁਐਸਚਨ ਲੱਗਿਆ ਯੂਪੀ ਵਿਧਾਨ ਸਭਾ ਵਿੱਚ, ਗੰਨੇ ਦਾ ਰੇਟ ਜਿਹੜਾ ਹੈਗਾ ਕਿਸ ਤਰ੍ਹਾਂ ਤੈਅ ਹੁੰਦਾ ਹੈਗਾ ਤੇ ਕਿੰਨੀ ਔਸਤ ਆਉਂਦੀ ਹੈਗੀ ਹੈ ਤੇ ਇੱਕ ਕੁਇੰਟਲ ਦੇ ਉੱਤੇ ਕਿੰਨਾ ਖਰਚਾ ਆਉਂਦਾ ਹੈਗਾ। ਉੱਤਰ ਆਇਆ ਇੱਕ ਕੁਇੰਟਲ ਤੇ ਸਾਡੇ ਰਿਸਰਚ ਫਾਰਮ, ਸਟਾਰ ਰਿਸਰਚ ਫਾਰਮ ਨੇ ਯੂਪੀ ਅੰਦਰ ਇੱਕ ਕੁਇੰਟਲ ਤੇ 300 ਰੁਪਇਆ, 296 ਉਸ ਵਿੱਚ 300 ਰੁਪਏ ਖਰਚਾ ਆਇਆ। ਜੇ 300 ਖਰਚਾ ਆਉਂਦਾ ਹੈਗਾ, ਡੇਢ ਗੁਣਾ ਲਾਗਤ ਦਾ ਦਾਮ ਸਭ ਕਹਿ ਰਹੇ ਨੇ, 450 ਹੈ ਨਾ, ਕੋਈ ਰਾਕਟ ਸਾਇੰਸ ਨਹੀਂ ਹੈ, ਦੇ ਦਿਓ। ਜੇ ਨਹੀਂ ਦਵੋ ਫਿਰ ਤੁਸੀਂ ਕਹਿੰਦੇ ਮਿਲ ਮਾਲਕਾਂ ਕੋਲ ਪੈਸਾ ਨਹੀਂ ਹੈਗਾ, ਜਿਹਦੇ ਕੋਲ 2 ਮਿਲਾਂ ਸੀਗੀਆਂ ਉਹਦੀ ਅੱਜ 16 ਬਣ ਗਈਆਂ। ਮੈਨੂੰ ਇੱਕ ਕਿਸਾਨ ਦਿਖਾ ਦਿਓ ਜਿਹਦੇ ਕੋਲ 2 ਏਕੜ ਸੀ, ਉਹਦੇ 16 ਏਕੜ ਬਣ ਗਏ ਹੋਣ, ਨਹੀਂ ਹੁੰਦਾ ਹੈਗਾ। ਪਰ ਕੇਵਲ ਇਹ ਮਿਲ ਮਾਲਕ, ਕਾਰਪੋਰੇਟ ਸੈਕਟਰ, ਇਹ ਇਲੈਕਸ਼ਨ ਫੰਡ ਕਰਦੇ ਨੇ, ਇਹਨਾਂ ਨਾਲ ਲੋਕ ਖੜੇ ਹੁੰਦੇ ਨੇ, ਇਸ ਕਰਕੇ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਇਹ ਇੱਕ ਆਖਰੀ ਸਵਾਲ ਮੈਂ ਕਰਨਾ ਚਾਹੁੰਦਾ, ਹੋ ਸਕਦਾ ਸ਼ਾਇਦ ਇਹ ਸਵਾਲ ਤੁਹਾਨੂੰ ਪਸੰਦ ਨਾ ਆਵੇ, ਮੈਨੂੰ ਲੱਗਦਾ। ਵੀਐਮ ਸਿੰਘ, ਇੱਕ ਲੋਕ ਇਹ ਸਵਾਲ ਕਰ ਰਹੇ, ਵੀਐਮ ਸਿੰਘ ਇੰਨੇ ਸਰਦੇ ਪੁੱਜਦੇ ਆ, ਤੁਹਾਡਾ ਉਹ ਸਾਰਾ ਬਾਇਓਡਾਟਾ ਜਦੋਂ ਕੱਢਦੇ ਆ, ਉਹ ਕਹਿੰਦੇ ਕਿਸਾਨਾਂ ਦੀ ਲੜਾਈ ਕਿਉਂ ਲੜਦੇ ਪਏ ਵੀਐਮ ਸਿੰਘ? ਇੱਕ ਨਾਲ ਇਹਦੇ ਸਵਾਲ ਇੱਕ ਹੋਰ ਜੁੜਿਆ ਹੋਇਆ ਕਿ ਜਦੋਂ ਵੀਐਮ ਸਿੰਘ ਬੋਲਦੇ ਆ ਸੀਐਮ ਤੇ ਪੀਐਮ ਤੋਂ ਘੱਟ ਗੱਲ ਹੀ ਨਹੀਂ ਕਰਦੇ, ਜੇ ਮੁਕਾਬਲਾ ਸੀਐਮ ਨਾਲ ਜਾਂ ਪੀਐਮ ਨਾਲ? ਵੀਐਮ ਸਿੰਘ ਜੀ, ਸੀਐਮ ਨਾਲ ਜਾਂ ਪੀਐਮ ਨਾਲ, ਜੇ ਜੋ ਕੰਮ ਸੀਐਮ ਨਹੀਂ ਕਰਦਾ, ਜੋ ਕੰਮ ਪੀਐਮ ਨਹੀਂ ਕਰਦਾ, ਜੇ ਵੀਐਮ ਜਾ ਕੇ ਕੋਰਟ ਤੋਂ ਕਰਾ ਦੇਣ, ਤੁਹਾਨੂੰ ਕੀ ਤਕਲੀਫ ਹੈ? ਦੱਸੋ ਮੈਨੂੰ ਕੀ ਤਕਲੀਫ ਹੈ ਕਿਸੇ ਨੂੰ? ਜਿਹੜਾ ਕੰਮ ਸੀਐਮ ਨਹੀਂ, ਮੈਂ ਕਿਹਾ ਨਾ, ਜਿਹੜਾ ਝੋਨਾ ਅੱਜ ਵਿਕਦਾ ਉੱਤਰ ਪ੍ਰਦੇਸ਼ ਦੇ ਅੰਦਰ, 6 ਪ੍ਰਧਾਨ ਮੰਤਰੀ ਹੋ ਗਏ ਸਾਡੇ, ਕਿੰਨੇ ਵਿਕਵਾਇਆ? ਜੇ ਵੀਐਮ ਸਿੰਘ ਗਿਆ ਕੋਰਟ, ਤੁਸੀਂ ਖੁਦ ਕਿਹਾ 5112 of 2000, ਉਹ ਵੀਐਮ ਸਿੰਘ ਵਰਸਿਸ ਯੂਨੀਅਨ ਆਫ ਇੰਡੀਆ ਨਾਲ ਸੀਗਾ ਕੇਸ, ਪੂਰਾ 20 ਸਾਲ ਤੋਂ ਲੜ ਰਿਹਾ ਮੈਂ, ਅੱਜ 1 ਸਾਲ ਨਹੀਂ ਹੈਗਾ, ਹਾਲੇ ਵੀ ਕੋਈ ਕੇਸ ਪਿਆ ਹੋਇਆ। ਪਰ ਅੱਜ ਜੇ ਮੈਂ ਕਰਨਾ ਹੈਗਾ, ਇਸ ਕਰਕੇ ਕਰਨਾ, ਪਰਮਾਤਮਾ ਨੇ ਬਥੇਰਾ ਦਿੱਤਾ ਹੈਗਾ, 20 ਪੀੜੀਆਂ ਖਾ ਸਕਦੀਆਂ ਨੇ ਘੱਟ ਤੋਂ ਘੱਟ, ਪਰ ਅਗਲੀ ਪੀੜੀ ਹੈ ਨਹੀਂ, ਕਿਉਂਕਿ ਸੇਵਾ ਕਰ ਕਰਕੇ ਲੋਕਾਂ ਦੀ ਕੋਸ਼ਿਸ਼ ਕਰਨਾ ਕਿ ਉੱਥੇ ਜਾ ਕੇ ਲੋਕਾਂ ਨੂੰ ਕਹਾਂ ਕਿ ਆਪਣੇ ਬੱਚੇ ਤਾਂ ਨਹੀਂ ਹੈਗੇ, ਕਰੋੜਾਂ ਬੱਚੇ ਖੇਤੀ ਵਿੱਚ ਵਾਪਸ ਆ ਗਏ ਨੇ। ਪਰ ਹਕੀਕਤ ਇਹ ਹੈਗੀ ਹੈ ਕਿ ਨਾ ਤਾਂ ਬੀਜੇਪੀ, ਨਾ ਕਾਂਗਰਸ, ਨਾ ਸਪਾ, ਨਾ ਬਸਪਾ, ਕੋਈ ਵੀਐਮ ਸਿੰਘ ਨੂੰ ਖਰੀਦ ਨਹੀਂ ਸਕਿਆ। ਇਸ ਕਰਕੇ ਲੋਕਾਂ ਨੂੰ ਦਰਦ ਹੈਗੀ ਹੈ, ਦੁੱਖ ਹੈਗਾ ਹੈ। ਪਰ ਮੈਂ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ, ਮੇਰੇ ਜਿਹੜੇ ਸਾਥੀ ਨੇ, ਮੈਂ ਬਹੁਤ ਹੀ ਆਪਣੇ ਆਪ ਨੂੰ ਜਿਹਨੂੰ ਕਹਿੰਦਾ ਬਲੈਸ ਮੰਨਣਾ ਹੈਗਾ ਕਿ ਮੇਰੇ ਸਾਥੀ ਨੇ ਆਪਣਾ ਖਰਚ ਕਰਦੇ ਨੇ, ਆਪਣਾ ਸਭ ਕੁਛ ਕਰਦੇ ਨੇ, ਦੇਸ਼ ਦੀ ਸੇਵਾ ਕਰਦੇ ਨੇ। ਇਸ ਤਰ੍ਹਾਂ ਹੀ ਕਰੀਏ ਤੇ ਕੋਈ ਸਰਕਾਰ ਬਣੇ, ਮੈਂ ਹੋਵਾਂ ਨਹੀਂ ਹੋਵਾਂ, ਮੇਰੀ ਘੱਟ ਤੋਂ ਘੱਟ ਇਹ ਹੈਗੀ ਹੈ ਖਾਹਿਸ਼ ਕਿ ਉੱਤਰ ਪ੍ਰਦੇਸ਼ ਨਹੀਂ, ਦੇਸ਼ ਦੇ ਅੰਦਰ ਕਿਸਾਨ ਖੁਦ ਕਿਸਾਨ, ਕਿਸਾਨ ਦਾ ਬੇਟਾ ਨਹੀਂ, ਅਸੀਂ ਬਾਰ ਬਾਰ ਕਹਿੰਦੇ ਕਿਸਾਨ ਦਾ ਬੇਟਾ, ਖੁਦ ਕਿਸਾਨ ਲਾਲ ਕਿਲੇ ਤੋਂ ਝੰਡਾ ਫਹਿਰਾਏ, ਮੇਰੇ ਬਾਅਦ ਹੋਵੇ ਜਾਂ ਪਹਿਲੇ ਹੋਵੇ, ਪਰ ਕਿਸਾਨ ਕਿਸੇ ਪ੍ਰਧਾਨ ਦੇਸ਼ ਹੈ, ਕਿਸਾਨ ਜ਼ਰੂਰ ਝੰਡਾ ਫਹਿਰਾਏ ਉੱਥੋਂ। ਚਲੋ, ਬਹੁਤ ਧੰਨਵਾਦ ਵੀਐਮ ਸਿੰਘ, ਤੁਸੀਂ ਬੜਾ ਬੇਬਾਕੀ ਨਾਲ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਆ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ 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 ਧੰਨਵਾਦ। ਇਹ ਸਨ ਵੀਐਮ ਸਿੰਘ, ਕਨਵੀਨਰ ਨੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਜਿਹੜੀ, ਉਸ 'ਤੇ ਇਹਨਾਂ ਤੋਂ ਸਾਰੇ ਸਵਾਲ ਅਸੀਂ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਵਾਲ ਵੀ ਅਸੀਂ ਪੁੱਛੇ ਆ ਜਿਹੜੇ ਸਵਾਲ ਆ ਜਿਹੜੇ ਹਵਾ ਵਿੱਚ ਤੈਰਦੇ ਪਏ ਆ ਅਤੇ ਇਸ ਅੰਦੋਲਨ ਦੇ ਵਿੱਚ ਸਿਆਸੀ ਟਾਰਗੇਟ ਨੂੰ ਹੁਲਾਰਾ ਦੇ ਰਹੇ ਸੀਗੇ, ਉਹ ਸਾਰੇ ਸਵਾਲ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੈਸਲਾ ਤੁਸੀਂ ਕਰਨਾ ਕਿਸਾਨ ਸੰਘਰਸ਼ ਵਿੱਚ ਕਿੰਨਾ ਦਾ, ਬਹੁਤ ਧੰਨਵਾਦ।